ਇਹ ਫਿਲਮ ਰਾਏ ਅਬਦੁੱਲਾ ਖਾਨ, ਜਿਸ ਨੂੰ ਦੁੱਲਾ ਭੱਟੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ, ਦੀ ਜ਼ਿੰਦਗੀ ਤੇ ਆਧਾਰਿਤ ਹੈ। ਫਿਲਮ ਦੇ ਵਿੱਚ ਕੁਝ ਘਟਨਾਵਾਂ ਤੇ ਕਿਰਦਾਰਾਂ ਨੂੰ ਬਦਲਿਆ ਗਿਆ ਹੈ ਸਿਨੇਮਾ ਦੇ ਪ੍ਰਭਾਵ ਲਈ। ਇਹ ਫਿਲਮ ਕੁਝ ਇਤਿਹਾਸਕਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਬਣਾਈ ਗਈ ਹੈ, ਪਰ ਇਹ ਇਤਿਹਾਸਿਕ ਰੂਪ ਵਿੱਚ ਪੱਕੇ ਹੋਣ ਦਾ ਦਾਅਵਾ, ਵਿਸ਼ਵਾਸ ਜਾਂ ਵਰਣਨ ਨਹੀਂ ਕਰਦੀ। ਫਿਲਮ ਦੇ ਵਿਸ਼ੇ ਨੂੰ ਲੈ ਕੇ ਦੂਜੇ ਦੇ ਨਜ਼ਰੀਏ ਤੇ ਮਤਾਂ ਨੂੰ ਫਿਲਮਕਾਰ ਮੰਨਦੇ ਨੇ ਤੇ ਉਹਨਾਂ ਦੀ ਕਦਰ ਕਰਦੇ ਨੇ। ਫਿਲਮਕਾਰ ਕਿਸੇ ਵੀ ਸੂਰਤ ਵਿੱਚ ਕਿਸੇ ਵੀ ਇਨਸਾਨ, ਸਮੁਦਾਏ, ਸਮਾਜ ਤੇ ਉਹਨਾਂ ਦੀ ਸੰਸਕ੍ਰਿਤੀ, ਰਿਵਾਜ, ਪ੍ਰਥਾ ਤੇ ਪਰੰਪਰਾਵਾਂ, ਅਨੁਭਵਾਂ ਤੇ ਭਾਵਨਾਵਾਂ ਨੂੰ ਛੋਟਾ ਸਮਝਣਾ, ਅਪਮਾਨ ਕਰਨਾ, ਮਾਨਤਾਵਾਂ ਨੂੰ ਖਰਾਬ ਮੰਨਣਾ ਜਾਂ ਉਹਨਾਂ ਦੀ ਉਪੇਕਸ਼ਾ ਕਰਨਾ ਨਹੀਂ ਚਾਹੁੰਦੇ। ਤਾਰਿਆ, ਤਾਰੇ ਓਏ, ਉਹ ਤੂੰ ਇੱਥੇ ਕੀ ਕਰਦਾ ਬੈਠਾ? ਸਕੂਲ ਦਾ ਕੰਮ ਕਰ ਰਿਹਾ। ਓਏ ਆ ਕੋਈ ਥੋਂ ਐ ਪੜਨ ਵਾਲੀ, ਉੱਥੇ ਤੇਰੀ ਬੇਬੇ ਨਸੀਬੋ ਤੈਨੂੰ ਲੱਭ ਲੱਭ ਕਮਲੀ ਹੋਈ ਪਈ ਐ, ਨਾਲੇ ਤੇਰੇ ਭਾਈ ਜਰਾਵਰ ਨੇ ਸਾਰਾ ਪਿੰਡ ਸਿਰ ਤੇ ਚੱਕ ਰੱਖਿਆ ਤੈਨੂੰ ਲੱਭਦੇ ਨੂੰ। ਜਾ ਤੁਰ ਜਾ ਘਰ ਨੂੰ। ਮਾਰਦੀ ਸੀ, ਨਾਲੇ ਇਹ ਦੱਸ ਤੂੰ ਇਹਨਾਂ ਘਬਰਾਇਆ ਜੇ ਕਦੇ ਹੋਇਆ? ਪਤਾ ਨਹੀਂ ਵੀਰੇ, ਜਦੋਂ ਵੀ ਮੈਂ ਇਸ ਘਰ ਕੋਲ ਦੀ ਲੰਘਦਾ ਹਾਂ ਨਾ, ਅਜੀਬ ਜਿਹੀਆਂ ਆਵਾਜ਼ਾਂ ਆਉਣ ਲੱਗ ਜਾਂਦੀਆਂ ਨੇ, ਜਿਵੇਂ ਇਸ ਘਰ ਨਾਲ ਮੇਰਾ ਕੋਈ ਪੁਰਾਣਾ ਰਿਸ਼ਤਾ ਹੋਵੇ। ਤੇ ਇੱਟਾਂ ਦਾ ਰੰਗ ਵੇਖ, ਲਾਲ ਨਹੀਂ ਹੈ, ਹੋਰ ਹੀ ਤਰ੍ਹਾਂ ਦਾ ਲੱਗਦਾ। ਇਹ ਪੁਰਾਣੀਆਂ ਜਿਹੀਆਂ ਇੱਟਾਂ ਦਾ ਰੰਗ ਇਸ ਤਰ੍ਹਾਂ ਹੀ ਹੁੰਦਾ। ਨਾਲੇ ਤੈਨੂੰ ਪਤਾ, ਤੇਰੇ ਪਿੱਛੇ ਬੇਬੇ ਨੇ ਰੋਟੀ ਨਹੀਂ ਖਾਧੀ। ਆ ਜਾ ਹੁਣ ਚੱਲੀਏ। ਏਦਾਂ ਕਿੱਦਾਂ ਚੱਲੀਏ? ਪੁਰਾਣੀ ਸ਼ਰਤ ਭੁੱਲ ਗਿਆ? ਹੁਣ ਨਹੀਂ ਭੁੱਲਿਆ, ਚੱਲ ਹੁਣ। ਬੇਬੇ ਚਲੋ ਚਲੋ ਹਟੋ ਪਿੱਛੇ।
ਕਿੱਥੇ ਸੀ ਤੁਸੀਂ ਹੁਣ ਤੱਕ? ਮੈਂ ਸਾਰਾ ਪਿੰਡ ਛਾਣਤਾ, ਮੈਨੂੰ ਤਾਂ ਤੁਸੀਂ ਕਿਤੇ ਨਹੀਂ ਲੱਭੇ। ਉਹ ਕੁਝ ਨਹੀਂ ਬੇਬੇ, ਆ ਮਾਸਟਰ ਜੀ ਕੋਲੇ ਬੈਠੇ ਪੜ੍ਹਦੇ ਸੀਗੇ। ਕਿਤੇ ਨਹੀਂ ਪੜ੍ਹਦੇ ਸੀ ਮਾਸੀ ਇਹ, ਇਹਨਾਂ ਨੇ ਤਾਂ ਪੂਰੇ ਪਿੰਡ ਵਿੱਚ ਅੱਤੇ ਚੁੱਕੀ ਹੋਈ ਆ। ਕਿਸੇ ਦੀਆਂ ਪਾਥੀਆਂ ਸੁੱਟ ਆਉਂਦੇ ਨੇ, ਕਿਸੇ ਦੀਆਂ ਪੰਡਾ ਸੁੱਟ ਆਉਂਦੇ ਨੇ, ਤੇ ਕਿਸੇ ਕਿਸੇ ਦੇ ਤਾਂ ਘੜੀ ਭੰਨ ਆਉਂਦੇ ਨੇ। ਉਹ ਚੁੱਪ ਕਰ ਮੁੰਨੀ, ਐਵੇਂ ਹੀ ਹਰ ਵੇਲੇ ਮੇਰੇ ਪੁੱਤ ਦੇ ਮਗਰ ਪਏ ਰਹਿੰਦੇ ਸਾਰੇ। ਮੇਰਾ ਦਾਰਾ ਪੁੱਤ ਤਾਂ ਬਹੁਤ ਸਾਊ ਹੈ। ਕਿਉਂ ਚਾਚਾ, ਜ਼ੋਰਾਵਰ ਤੇਰਾ ਸਾਊ ਪੁੱਤ ਨਹੀਂ? ਪਰਜਾਈ, ਸਾਨੂੰ ਤਿੰਨਾਂ ਨੂੰ ਇਕੱਠੀ ਰੋਟੀ ਪਾ ਦੇ ਅੱਜ। ਨਹੀਂ ਬੇਬੇ, ਹਜੇ ਤਾਂ ਅਸੀਂ ਕੌਡੀ ਖੇਲਣ ਜਾਣਾ ਹੈ। ਓ ਗੱਲ ਸੁਣੋ, ਓ ਕੌਡੀ ਬਾਡੀ ਨਾ ਖੇਡਿਓ, ਹਲੇ ਤੁਸੀਂ ਨਿਆਣੇ ਹੋ, ਐਵੇਂ ਲੱਤ ਬਾਂਹ ਤੜਾ ਬੈਠੋਗੇ। ਲੈ ਫੜ ਓ, ਨਾਲੇ ਛੇਤੀ ਆ ਜਿਓ। ਵੇਖ ਨਸੀਬ ਕੋਰੇ, ਨੂਰ ਇਹਨਾਂ ਚ ਕਿੰਨਾ ਘੋਲ ਮਿਲ ਗਈ ਹੈ, ਤੇਰੇ ਦੋਵਾਂ ਪੁੱਤਾਂ ਚ ਕਿੰਨਾ ਪਿਆਰ ਹੈ। ਰਹਿਣ ਤੇ ਭੈਣੇ, ਐਵੇਂ ਨਜ਼ਰ ਨਾ ਲਾ ਦੀ, ਗੁਰੂ ਮਹਾਰਾਜ ਮੇਰੇ ਪੁੱਤਰਾਂ ਚ ਐਵੇਂ ਪਿਆਰ ਬਣਾਈ ਰੱਖੇ। ਆ ਤੂੰ ਹਟ ਜਾ ਸ਼ਰਾਰਤ ਕਰਨ ਤੋਂ ਦਾਰੇ। ਓਏ, ਸਾਨੂੰ ਦੇਖ ਕੇ ਤੇਰੀ ਹਾਸੀ ਨਿਕਲਦੀ ਹੈ। ਓਏ, ਜ਼ਿਆਦਾ ਪੰਗੇ ਨਾ ਲੈ, ਤੈਨੂੰ ਅਸੀਂ ਕੀ ਕਿਹਾ? ਲੱਗਦਾ ਤੂੰ ਮੇਰੇ ਤੋਂ ਅੱਜ ਫੇਰ ਕੁੱਟ ਖਾਏਗਾ। ਵੀਰੇ ਤੂੰ ਪਿੱਛੇ ਹਟ। ਹਾਂ ਓਏ, ਹੱਥ ਲਾ ਕੇ ਦਿਖਾ, ਜੇ ਤੇਰੇ ਹੱਥ ਤੋੜ ਕੇ ਗਲ ਚ ਨਾ ਪਾ ਦਿੱਤਾ ਜੱਟ ਦਾ ਪੁੱਤ ਨਾ ਆਖੀ। ਓ ਤੂੰ ਕਰ ਕੀ ਲਏਗਾ, ਦੱਸਾਂ ਮੈਂ ਤੈਨੂੰ। ਓਏ ਓਏ, ਹਾਂ ਵੀਰੇ, ਕਰਦੀ ਫਿਰ ਟਿਪਰੀ ਟੈਟ। ਹਾਂ ਆ ਜਾ ਤੇਰੀ। ਓਏ ਓ, ਛੱਡੋ ਛੱਡੋ, ਓ ਲੱਖੇ, ਤੁਸੀਂ ਦੋਵੇਂ ਬੜੇ ਸ਼ਰਾਰਤੀ ਹੋ, ਦੌੜ ਜਾਓ ਇੱਥੋਂ। ਉਹ ਕੌਣ ਕਹਿੰਦਾ ਤੁਸੀਂ ਮਤਰੇ ਹੋ? ਉਹ ਤੁਹਾਡਾ ਤਾਂ ਸਕੇ ਭਾਈਆਂ ਨਾਲੋਂ ਵੱਧ ਪਿਆਰ ਆ। ਲੈ ਭਾਨੋ, ਆਹ ਤੂੰ ਕੀ ਗੱਲ ਕਰਦੀ? ਤੇਰਾ ਆਪਣਾ ਘਰ ਆ, ਤੂੰ ਜਦੋਂ ਮਰਜ਼ੀ ਆ। ਤੇਰੇ ਹੱਥ ਵਿੱਚ ਤਾਂ ਰੱਬ ਨੇ ਐਡਾ ਵੱਡਾ ਹੁਨਰ ਦਿੱਤਾ ਹੈ। ਬੇਬੇ, ਕੀ ਹੋਇਆ? ਮੂੰਹ ਲਟਕਾਈ ਕਾ ਤੂੰ ਆਨੇ ਹੋ? ਬੇਬੇ, ਮੈਂ ਕੌਣ ਆ? ਲੈ ਦੱਸ, ਤੂੰ ਮੇਰਾ ਲਾਡਲਾ ਪੁੱਤ ਆ। ਬੇਬੇ, ਆਪਣੇ ਪਿੰਡ ਵਾਲਾ ਬਿੱਲਾ ਤਾਂ ਕਹਿੰਦਾ ਵੀ ਅਸੀਂ ਦੋਨੇ ਸਕੇ ਭਰਾ ਨਹੀਂ ਆ। ਅਸੀਂ ਸਕੇ ਭਰਾ ਹੈਗੇ ਆ ਨਾ? ਹਾਂ, ਲੋਕੀ ਤਾਂ ਐਵੇਂ ਬੋਲੀ ਜਾਂਦੇ ਨੇ, ਲੋਕਾਂ ਦੀਆਂ ਗੱਲਾਂ ਨੇ ਸੁਣੀ ਦੀਆਂ। ਤੁਸੀਂ ਤਾਂ ਦੋਨੋਂ ਮੇਰੇ ਲਾਡਲੇ ਪੁੱਤ ਹੋ। ਹਾਂ ਸੱਚ, ਮੈਂ ਤੁਹਾਡੇ ਲਈ ਸੇਵੀਆਂ ਬਣਾ ਕੇ ਰੱਖੀਆਂ ਨੇ। ਸੇਵੀਆਂ? ਜਾ ਖਾ ਲੋ। ਆ ਜਾ ਤਾਰੇ। ਦੇਖ ਨਸੀਬ ਕੁਰੇ, ਇਸ ਤੋਂ ਪਹਿਲਾਂ ਕਿ ਪਿੰਡ ਦੇ ਲੋਕਾਂ ਦੀਆਂ ਗੱਲਾਂ ਇਹਨਾਂ ਦੋਨਾਂ 'ਚ ਫਰਕ ਪਾ ਦੇਣ, ਮੈਂ ਇਸ ਨੂੰ ਬਸ ਕਰ ਜਾ, ਸਬਰ ਕਰ। ਮੈਨੂੰ ਪਤਾ ਤੂੰ ਜ਼ੋਰਾਵਰ ਨੂੰ ਆਪਣੇ ਪੁੱਤ ਤੋਂ ਵੀ ਜ਼ਿਆਦਾ ਪਿਆਰ ਕੀਤਾ, ਪਰ ਨਸੀਬ ਕੁਰੇ, ਲੈ ਕੇ ਤਾਂ ਜਾਣਾ ਪਊਗਾ ਨਾ। ਇੱਕ ਵਾਰੀ ਜੇਬ ਭਰ ਕੇ ਦੇਖ ਤਾਂ ਲੈਣ ਦੇ। ਮੇਰਾ ਦਿਲ ਕਹਿੰਦਾ ਇੱਕ ਦਿਨ ਵਾਪਸ ਆਊਗਾ ਤੇਰੇ ਕੋਲ। ਬੇਬੇ, ਵੀਰਾ ਕਿੱਥੇ ਆ? ਮੇਰਾ ਪੁੱਤ ਉੱਠ ਗਿਆ, ਤੂੰ ਹੱਥ ਮੂੰਹ ਧੋ ਲਾ, ਮੈਂ ਤੇਰੇ ਲਈ ਦੁੱਧ ਲਿਆਉਂਦੀ ਹਾਂ, ਜਾ। ਵੀਰਾ ਕਿੱਥੇ ਗਿਆ? ਜਿਹਨਾਂ ਦਾ ਸੀਗਾ ਉਹ ਲੈ ਗਏ। ਤੂੰ ਹੱਥ ਮੂੰਹ ਧੋ ਲਾ, ਮੈਂ ਆਉਂਦੀ ਹਾਂ। ਦਾਰੇ
मैं हूं तेन कि दसा चोरा कितने गया कला क्यों बैठे है नाले तू इना उदास क्यों है आज अब पानी विच परछावां देखती है ये पहला दो सी हुण इक रह गया जरावर किथे है बेबी कहंदी जिन्ना दा सी ओह लै गए हुण मैं किदे नाल खेडूंगा मैं हैगी है ना मैं तेरे नाल खेडूंगी तू भी तो चली जाएंगी अपने पिंड वापस मैं हुण चली हां पर छेती मिलन आऊंगी हाय हाय मैं मर जा मेरा साहू पुत इत्थे बैठे मैं सारा पिंड गाता तेनू लभण च बेबे तेरी अड नाराज होई पई है तू तड़के दर नेने कालजे निकल गया करो आ देख मैं तेरे लिए लड्डू लेके आया लड्डू मैं नहीं खाने कोई लड्डू लड्डू हाय 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 ओ मेरा पुत गुच्छे हो गया अपने चाचे तो चला जा आप तेनू काडी वाडी कढाइए छाल मार के बह जा मेरे कंधाड़े ते आ बह जा चाचा तू तो कहंदा सी भी मैं हले न्याणा ना 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 न्याणा नहीं हुण तो तू गबरू हो गया है अपने तो दुगड़े नू बड़का के मारदा धरती ते आ चढ़ जा मेरे कंधाड़े ते ओ बल्ले मेरे जेरा हल्क वड्डी दाल दाल मेरिया मुछा लाल लाल हल्क वड्डी दाल दाल मेरिया मुछा लाल गोडी 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 अज तेरा भतीज कौडी जित गया मेरा भतीज रुकता है किसे तो किदा पाई सी कौडी कौडी हल्क वड्डी दाल दाल मेरिया मुछा लाल लाल आप तासे आ जा लंघिया ओ थोड़े लिए स्नेहा लेके आया ओ स्नेहा बाद च नहीं मैं कौडी जित के आया हाल है ओदी खुशी च कर मुंह मिठा चक लड्डू ओ लड्डू दा ठीक है दारिया मैं थोड़े नहीं गया सी चाची तो पता लग गया तू इत्थे है रतू बाणीए ने पंचायत सद्दी है पहुंचो के ना छेती छेती ए बाणीए ने पंचायत कानू सद्दी है तू तो नहीं कोई कारा करया है नहीं नहीं वो मैं तो कौडी जितने की खुशी ओदा मुंह मीठा करा के आया लड्डू नाल ले फिर की रौला है चल चलिए चल सच्ची गड़बड़ ता नहीं कीती कोई नहीं नहीं ले दस चल फिर डर का दा चल पंचायत लाई नहीं फिर पानी दे पियो ने अब गोलगप्पे खा के आए हो
हाँ जी। यही टाइम जाने रोज या हो जाता गम शाम? ना की अपना? गीती। थोड़ा की है? बानिया कहते ने जी। अज पंचायत होंदिया ने, कल नू थाना चढ़ के आजूगा। जे मैं कुछ कहनी हां फिर कहंदा लोग मैथों लगदे ने। भला लोग तेतों का तो लगणगे? ओ मेरी बेबे किवें कलिए बोली जानी है ना? हुण की सुहाड़ आ के आया है? केड़ी सुहाड़ आती मैं ना? बाणी ने तेनू उई पंजाब सद लिया। ओ अच्छा, ओ बेबे तेनू 50 बारी तां दस्या वी लोग मेरे ते लगदे ने ना? लोग तेतों का तो लगदे ने? क्योंकि तेरा पुत कौडी बहुत सोहणी खेडदा तां लगदे ने। मैं तेरी मां है पुत, मैं सब जानदी हां। तू ते तेरा चाचा दोनों पैरां ते पाणी नहीं पैण दिंदे। ओ बस करिया कर बेबे, तू भी आउण सार घूर लग जानी है। देख पुत, मैं तेनू बहुत औखा नाल पालिया है। पुत्तां नू वड्डिया हुंदिया देख के ना मावां सुख दा साह लैंदियां ने, पर तू जू जू वड्डा होई जांदा ना तेरे उलांबियां दीआं पंडां वी वड्डियां होई जांदियां ने। ओ चंगा मेरी बेबे, हुण तू रोण ना लग जी। मैं इक ओ लै, मैं तां बाजार जाणा सी। हैं, हुण तां कोले गच्छ के मुड़िया है, हुण बाजार की लैण चल्लिया है? अंब लैण चल्लिया ना? स्याला च केड़े तेरे माणे अंबां दी रेहड़ी लाई उत्थे? की होया? कुछ नहीं होया। अब की हो गया? दिसदा नहीं तैनू, पैर मुड़ गया मेरा। दिखा इधर। मरती मैं। ओ कितने नहीं मरदी, हुण वेख। कदे कदे हस भी लिया कर, सोहना लगदा। अच्छा, मैनू ते वैसे भी सोहना लगदा। ओ यार, आज कोई गोलगप्पियां दी रेड़ी भी नजर नहीं आ रही। ओ तैनू गोलगप्पे तो सिवा कुछ होर नहीं दिसदा? ओ ओ ओ, उई बच गया मैं जान के नहीं। तेरे सदके आए है रब्बा, देख के मैं मोरनी वांगू पहला पौंदी तुरी जांदी है। ओ यार, छितर ना पवा दी तू। हां देखता सही कि मैं धरती ते बोझ बोझ पब धरती है, चाहे दी पैरां थले पतासा रख दे, मजाल है पुरन दे दे। आए हाय, गीतकारां वाली गल कर रहा भाई। ओ तू रहन दे यार, क्यों इनू पंप दे जाना, इहदा तां पहले ही सरिया होया है। ओहो, तू याद नहीं कराया चूड़ियां लेनियां सी। चल तू चूड़ियां ले ला, मैं अगो जुत्ती वेख लेनी ओना टाइम। ठीक है। ओए किथे सोंता नहीं लिया उहने? मैं आपी संभाल लूं थोड़ी परछाई नू, तू निकलो निकलो निकलो। अपना मेनू गिरा, चुप करके खड़ा रही बोली ना। चूड़ियां चढ़ा लो, चूड़ियां चढ़ा लो, परांदे ले लो, चूड़ियां चढ़ा लो। आ चूड़ियां किवें लाईया तू? ओ सौ लगे बड़े मारे दी, मैं बड़े जान के नहीं मारे सी। चल चल, इन्हां दा भा दस की है? चूड़ियां दा भा? हाँ देख, बुढ़िया तो लाना मैं बहुत महंगी, सोहनिया सोहनिया कुड़ियां नू बहुत सस्तियां। की क्या तू? मेरा मतलब तू हाथोरा कर, भा तो लगदा ला लांगे। ओए ओ देख के नहीं तुरया जांदा, लत्तां तड़ाउणियां ने तैं। तू लत्तां वी तोड़दा है? हाँ, वक्त आने यही दिन लत्त भी तोड़ दई दी ने। चल चल, मैंने चूड़ियाँ पसंद कर लेंदे। इन्ना गोरा रंग है, जिहड़े मर्जी रंग दियां चढ़ा लै सारियां जचणगियां। ओ पहला पसंद तो कर लेंदे, झट हथ फड़ लिया। हथ मैं तां फड़िया, हथ फड़ के हथ दा सैज पता लग जांदा। आ देख, चूड़ी तो एक नहीं चढ़ाई, हथ मेरा 10 बार फड़ लिया। मेरा दिल कहंदा जिहड़ियां मर्जी चढ़ा लै, हरियां लाल पीलियां, चाहे सारी दुकान चक लै, मुफ्त मुफ्त ले जा। मुफ्त क्यों वे? ਬਾਣੀਆਂ ਕਦੇ ਘਾਟੇ ਦਾ ਸੌਦਾ ਨਹੀਂ ਕਰਦਾ, ਮੈਨੂੰ ਬਸ ਤੂੰ ਇੰਦਰ ਬਾਣੀ ਸਮਝ। ਜਦੋਂ ਮੇਰੀਆਂ ਚੂੜੀਆਂ ਪਾ ਕੇ ਨਾ ਤੂੰ ਬਾਜ਼ਾਰ 'ਚ ਕਿਹੜਾ ਦੇਵੇਂਗੀ, ਤਾਂ 100 ਕੁੜੀ ਕਤਰੀ ਪੁੱਛੂਗੀ ਵੀ ਚੂੜੀਆਂ ਕਿੱਥੋਂ ਚੜ੍ਹਾਈਆਂ ਨੇ। ਬਸ ਤੂੰ ਮੇਰਾ ਨੌ ਲੈ ਦੀ, ਇਹਨੇ ਜੱਟ ਦੀ ਚੜ੍ਹਾਈ ਹੋ ਜੂਗੀ। ਜੱਟ? ਆਹੋ ਜੱਟ, ਹੱਥ ਛੱਡ ਮੇਰਾ ਵੱਡਾ ਜੱਟ। ਆਏ ਹਾਏ ਓਏ ਰੱਬਾ, ਮਨਿਆਰੀ ਦੇ ਕੰਮ 'ਚ ਨਜ਼ਾਰੇ ਬਹੁਤ ਆ ਯਾਰ। ਚੂੜੀਆਂ ਚੜ੍ਹਾ ਲਓ, ਆ ਫੜੋ ਆਪਦਾ ਭਰਾਵਾ, ਆ ਕੰਮ ਨਹੀਂ ਹੁੰਦਾ ਜੱਟਾਂ ਤੋਂ। ਹਾਂਜੀ ਬਾਬਾ ਜੀ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਨੇ ਗੋਲ ਗੱਪਿਆਂ ਦਾ ਵੀ ਆਪਣਾ ਹੀ ਸਵਾਦ ਹੈ। ਮੈਨੂੰ ਕਹਿ ਰਹੇ ਹੋ? ਨਹੀਂ ਨਹੀਂ, ਮੈਂ ਤਾਂ ਇਹਨਾਂ ਨੂੰ ਕਹਿ ਰਹੇ ਹਾਂ।
ਵੈਸੇ ਬਾਜ਼ਾਰ ਕਹਿੰਦੇ ਘੁੰਮ ਫਿਰ ਕੇ ਹੀ ਦੇਖਣਾ ਚਾਹੀਦਾ ਜੀ। ਓਏ ਮੰਗਿਆ ਮੈਂ, ਤੂੰ ਫੜਾ ਇਹਨੂੰ ਰਿਹਾ, ਪਹਿਲਾਂ ਤੂੰ ਖਾ ਲੈ। ਮੂੰਹ ਸਾੜਤਾ ਓਏ, ਉਹ ਤੂੰ ਇਹਨੂੰ ਹੀ ਦੇ ਦੇ। ਨਾ ਨਾ ਤੂੰ ਖਾ ਲੈ। ਕਿਉਂ? ਤੂੰ ਹੀ ਖਾ ਲੈ ਇਹਨੂੰ, ਤੇਰੀ ਮਰਜ਼ੀ। ਮੈਨੂੰ ਕਿਹਾ ਕੁਛ? ਇੱਧਰ ਚੱਲ ਰਹੀ ਗੱਲ ਆਪਣੀ। ਵੈਸੇ ਘੁੰਮਣ ਫਿਰਨ ਲਈ ਕੋਈ ਆਪਣਾ ਵੀ ਹੋਣਾ ਚਾਹੀਦਾ ਨਾ। ਇਹ ਤੁਸੀਂ ਮੈਨੂੰ ਕਿਹਾ ਹੋਣਾ ਜੀ। ਨਹੀਂ ਨਹੀਂ, ਮੈਂ ਤਾਂ ਇਹਨਾਂ ਨਾਲ ਗੱਲ ਕਰ ਰਹੀ ਹਾਂ। ਜੇ ਕੋਈ ਆਪਣਾ ਸਮਝੇ ਤਾਂ ਨਾ ਜੀ। ਹਾਂ, ਉਹ ਮੈਂ ਇਹਨਾਂ ਨੂੰ ਨਹੀਂ, ਮੈਂ ਨਾ ਜੀ ਤੁਹਾਨੂੰ ਹੀ ਕਿਹਾ ਜੀ। ਚੱਲ ਛੱਡ, ਆਪਾਂ ਇਹਨੂੰ ਕਾਹਤੋਂ ਵਿੱਚ ਪਾਇਆ। ਹਾਂ, ਉਹ ਤੈਨੂੰ ਨਹੀਂ ਲੱਗਦਾ ਵੀ ਜਿਵੇਂ ਆਪਾਂ ਅਚਾਨਕ ਨਹੀਂ ਮਿਲੇ? ਲੈ, ਹੋਰ ਕਿੱਦਾਂ ਮਿਲੇ ਬਈ? ਜਿਵੇਂ ਰੱਬ ਨੇ ਮਿਲਾਇਆ ਹੁੰਦਾ। ਹਾਂ ਹਾਂ, ਮੈਨੂੰ ਵੀ ਇਹੀ ਲੱਗਦਾ। ਪਾਈ ਇਹਨੂੰ ਬਣ ਦੇ ਤਾਂ ਕਿਵੇਂ ਦਾ ਹੋ ਜੀ। ਹਾਏ ਹਾਏ, ਅੱਜ ਤਾਂ ਨੂਰ ਵੀ ਆਈ ਆ ਬਾਜ਼ਾਰ ਘੁੰਮਣ। ਨਹੀਂ, ਤੁਸੀਂ ਘੁੰਮ ਸਕਦੇ ਹੋ ਬਾਜ਼ਾਰ 'ਚ, ਮੈਂ ਨਹੀਂ ਘੁੰਮ ਸਕਦੀ। ਗੱਲਾਂ ਬਹੁਤ ਆਉਂਦੀਆਂ ਤੈਨੂੰ। ਲੈ, ਇਹ ਤਾਂ ਆਪਣੇ ਪਿੰਡ ਵਾਲੀ ਮਾਸੀ ਕੋਲੇ ਖੜ ਗਈ। ਲੈ ਵੀ ਦਾਰਿਆ, ਗੱਲ ਕਰਨ ਦਾ ਬਹਾਨਾ ਮਿਲ ਗਿਆ। ਦੇਖਦਾ ਕੀ ਆ, ਚੱਲ ਫਿਰ ਪੈ ਜਾ ਮਾਸੀ ਦੇ ਪੈਰਾਂ ਨੂੰ। ਸਤਿ ਸ਼੍ਰੀ ਅਕਾਲ ਮਾਸੀ, ਪੈਰੀ ਪੈਣਾ। ਜਿਉਂਦਾ ਰਹਿ ਪੁੱਤ, ਹੋਰ ਸੁਣਾ, ਬੇਬੇ ਰਾਜੀ ਆ? ਹਾਂ ਹਾਂ, ਸਭ ਵਧੀਆ। ਬੜਾ ਬੇਸ਼ਰਮ ਹੈ ਤੂੰ, ਮੈਂ ਕਿਹਾ ਚੂੜੀਆਂ ਨਹੀਂ ਲੈਣੀਆਂ, ਪਿੱਛੇ ਹੀ ਪੈ ਗਿਆ। ਉਹ ਤੂੰ ਚੱਲ, ਤੂੰ ਚੱਲ। ਨੂਰ, ਲੱਗਦਾ ਤੂੰ ਇਹਨੂੰ ਪਛਾਣਿਆ ਨੀ, ਇਹ ਦਾਰਾ ਹੈ, ਮੇਰੀ ਗਵਾਂਢਣ ਨਸੀਬੋ ਦਾ ਮੁੰਡਾ। ਨਿੱਕੇ ਹੁੰਦਿਆਂ ਤੁਸੀਂ ਸਾਰਾ ਸਾਰਾ ਦਿਨ ਇਕੱਠੇ ਤਾਂ ਖੇਡਦੇ ਹੁੰਦੇ ਸੀ। ਦਾਰੇ ਪੁੱਤ, ਆ ਤੂੰ ਚੂੜੀਆਂ ਦਾ ਕੰਮ ਕਦੋਂ ਤੋਂ ਸ਼ੁਰੂ ਕਰਤਾ ਭਲਾ? ਉਹ ਮਾਸੀ ਜਾਂਦੀਆਂ ਨੂਰ ਨੇ ਪਾਉਣੀਆਂ ਸ਼ੁਰੂ ਕੀਤੀਆਂ ਨੇ। ਮੈਂ ਤਾਂ ਹੁਣ ਵੀ ਇਹਨੂੰ ਟੋਬੇ ਦੇ ਕਿਨਾਰੇ ਬੈਠ ਕੇ ਉਡੀਕਦਾ ਰਹਿਣਾ। ਵੇ ਕੀ? ਕੁਛ ਨੀ ਮਾਸੀ, ਮੈਂ ਤਾਂ ਬਸ ਹਾਲ ਚਾਲ ਪੁੱਛਦਾ ਸੀ ਨੂਰ ਦਾ। ਅੱਛਾ, ਚੰਗਾ ਪੁੱਤ, ਤੁਸੀਂ ਦੋਵੇਂ ਗੱਲਾਂ ਬਾਤਾਂ ਕਰੋ, ਮੇਰੀ ਤੇ ਅੰਤਰੀ ਮੰਜੀ ਟੁੱਟ ਗਈ, ਮੈਂ ਵਾਣ ਲੈਣਾ, ਮੈਂ ਜਾ ਕੇ ਲੱਭਦੀ ਆ। ਚੰਗਾ, ਜਲੇਬੀਆਂ ਲਿਆਵਾ ਫੜ ਕੇ। ਕੀ ਗੱਲ, ਮਿੱਠਾ ਪਸੰਦ ਨੀ? ਮੈਨੂੰ ਇਉਂ ਲੱਗਦਾ ਜਿਵੇਂ ਨੀਂਦ ਅੱਖਾਂ ਨੂੰ ਭੁੱਲ ਜਾਣੀ, ਜਿੰਦ ਪਾਣੀ ਬਣ ਕੇ ਜਿਵੇਂ ਯਾਰ ਤੇ ਡੁੱਲ ਜਾਣੀ। ਮੈਨੂੰ ਇਉਂ ਲੱਗਦਾ ਜਿਵੇਂ ਨੀਂਦ ਅੱਖਾਂ ਨੂੰ ਭੁੱਲ ਜਾਣੀ, ਜਿੰਦ ਪਾਣੀ ਬਣ ਕੇ ਜਿਵੇਂ ਯਾਰ ਤੇ ਡੁੱਲ ਜਾਣੀ। ਉਹਦੇ ਵੀ ਫਿਰਨ ਗਵਾਚੇ ਸੁਪਨੇ ਕਾਵਾਰੇ ਜੀ, ਲੱਗਦਾ ਹੁਣ ਪਿਆਰ ਹੋਊਗਾ, ਖਾਸਾ ਚਿਰ ਪਿੱਛੋਂ ਲੜ ਗਏ ਨੈਣਾਂ ਦੇ ਤਾਰੇ ਜੀ, ਲੱਗਦਾ ਹੁਣ ਪਿਆਰ ਹੋਊਗਾ। ਉਹ ਵੀ ਤਾਂ ਗਿਣਦੀ ਲੱਗਦੀ ਰਾਤਾਂ ਨੂੰ ਤਾਰੇ ਦੀ, ਲੱਗਦਾ ਹੁਣ ਪਿਆਰ ਹੋਊਗਾ, ਪਿਆਰ ਹੋਊਗਾ, ਖਾਸਾ ਚਿਰ ਪਿੱਛੋਂ ਲੜ ਗਏ ਨੈਣਾਂ ਦੇ ਤਾਰੇ ਦੀ, ਲੱਗਦਾ ਹੁਣ ਪਿਆਰ ਹੋਊਗਾ। ਉਹਨੂੰ ਮੈਂ ਦਿਸਦਾ ਹੋਣਾ ਹੁਣ ਪਾਸੇ ਚਾਰੇ ਦੀ, ਲੱਗਦਾ ਹੁਣ ਪਿਆਰ ਹੋਊਗਾ, ਪਿਆਰ ਹੋਊਗਾ, ਖਾਸਾ ਚਿਰ ਪਿੱਛੋਂ ਲੜ ਗਏ ਨੈਣਾਂ ਦੇ ਤਾਰੇ ਦੀ, ਲੱਗਦਾ ਹੁਣ ਪਿਆਰ ਹੋਊਗਾ।
ਵੀਰਾ ਕੋਟੀ ਚੜਿਆ ਫਿਰਦਾ ਚੋਬਾਰੇ ਦੀ ਲੱਗਦਾ ਹੁਣ ਪਿਆਰ ਹੋਊਗਾ ਖਾਸਾ ਚਿਰ ਪਿੱਛੋਂ ਲੜ ਗਏ ਨੈਣਾ ਦੇ ਤਾਰੇ ਜੀ ਲੱਗਦਾ ਹੁਣ ਪਿਆਰ ਹੋਊਗਾ ਚਾਰੇ ਪਾਸੇ ਦਿਖਦੀ ਹੈ ਦਾਰੇ ਪੁੱਤ ਪਛਾਣਿਆ ਨੀ ਇਹਨੂੰ ਤੂੰ ਇੱਥੇ ਕੀ ਕਰ ਰਹੀ ਹੈ ਸਾਗ ਦੇਣ ਆਈ ਹਾਂ ਆਹੋ ਅਸੀਂ ਕਾਹਨੂੰ ਕਦੇ ਸਾਗ ਖਾਧਾ ਸਾਡੇ ਵੱਲ ਵੀ ਸਾਗ ਹੀ ਧਰਿਆ ਤਾਜ਼ਾ ਸੀ ਤਾਂ ਦੇਣ ਆਈ ਹਾਂ ਉਹ ਅੱਛਾ ਅੱਛਾ ਤਾਜ਼ਾ ਹੋਣਾ ਨਾ ਫਿਰ ਤਾਂ ਚੁੱਪ ਕਰੋ ਉਹੀ ਬੋਲੀ ਜਾਂਦਾ ਹੈ ਪੁੱਤ ਮੈਂ ਤੇਰੇ ਲਈ ਨਾ ਰੋਟੀ ਪਾ ਕੇ ਲਿਆਉਂਦੀ ਹਾਂ ਨਹੀਂ ਨਹੀਂ ਮਾਸੀ ਮੈਂ ਰੋਟੀ ਨਹੀਂ ਖਾਣੀ ਖਾ ਲੈ ਨਹੀਂ ਖਾਣੀ ਮੈਂ ਚੱਲਦੀ ਹਾਂ ਮਾਸੀ ਅੱਜ ਮੈਂ ਛੇਤੀ ਸੋਣਾ ਸਾਜਰੇ ਕਿਸੇ ਨੂੰ ਮਿਲਣ ਜਾਣਾ ਹਾਂ ਟੋਬੇ ਤੇ ਹੈ ਟੋਬੇ ਤੇ ਪੁਰਾਣੇ ਦੋਸਤ ਟੋਬੇ ਤੇ ਮਿਲਣ ਹੋਣਾ ਅਗਲੇ ਨਹੀਂ ਨਹੀਂ ਮਾਸੀ ਉਹਨੂੰ ਨਾ ਮੈਂ ਨਾ ਉਹਨੂੰ ਨਾ ਉਹਨੂੰ ਡੱਡੂ ਬਹੁਤ ਪਸੰਦ ਹੈ ਹੈ ਡੱਡੂ ਮੈਂ ਨਾ ਚੱਲਦੀ ਹਾਂ ਮਾਸੀ ਸਤਿ ਸ਼੍ਰੀ ਅਕਾਲ ਡੱਡੂ ਮੈਨੂੰ ਲੱਗਦਾ ਹਿੱਲ ਗਈ ਇਹ ਤੂੰ ਮੈਨੂੰ ਐਂ ਦੱਸ ਇੱਥੇ ਟੋਬੇ ਦੇ ਕੰਢੇ ਬਹਿ ਕੇ ਕੱਲੀ ਕਿਹਨੂੰ ਡਿੱਕੀ ਜਾਂਦੀ ਹੈ ਕੋਈ ਹੈ ਜਾਣਦਾ ਹੈ ਤੂੰ ਅੱਛਾ ਇਹ ਜਿਹੜੇ ਕੋਈ ਹੁੰਦੇ ਨੇ ਨਾ ਕਈ ਵਾਰੀ ਵਕਤ ਆਉਣ ਤੇ ਬਦਲ ਵੀ ਜਾਂਦੇ ਨੇ ਤੇ ਕਈ ਰਿਸ਼ਤੇ ਵਕਤ ਆਉਣ ਤੇ ਹੋਰ ਵੀ ਗੂੜੇ ਹੋ ਜਾਂਦੇ ਨੇ ਅੱਛਾ ਜੀ ਅੱਜ ਤਾਂ ਖਾਸੀ ਗੂੜੀ ਹੋਈ ਬੈਠੀ ਹੈ ਅਦੇ ਪਰਛਾਵੇਂ ਦੇਖਦੀ ਨਾ ਵਿਚਦੀ ਇੱਕ ਰਹਿ ਗਿਆ ਸੀ ਅੱਜ ਫੇਰ ਦੋ ਹੋ ਗਏ ਹੈ ਨਾ ਹਾਂ ਫਿਰ ਮੈਂ ਹਾਂ ਹੀ ਸਮਝਾਂ ਹਾਂ ਕੀ ਹਲੇ ਗਈ ਨਹੀਂ ਹੈ ਨਾ ਗੁੱਤ ਖਿੱਚਣ ਦੀ ਆਦਤ ਤੇਰੀ ਮੈਂ ਫੇਰ ਦੁਬਾਰਾ ਖਿੱਚ ਦਿੰਦਾ ਛੱਡ ਲੱਖੇ ਬਾਈ ਲੱਖੇ ਬਾਈ ਲੱਖੇ ਬਾਈ ਆਏ ਲੱਖੇ ਬਾਈ ਤੂੰ ਕਿੱਧਰ ਬੁੜ ਕੇ ਆ ਫਿਰਦਾ ਹੈ ਮੈਂ ਬੁੜ ਕੇ ਆ ਨਹੀਂ ਫਿਰਦਾ ਤੂੰ ਇੱਥੇ ਗੰਨਾ ਚੁੱਪੀ ਜਾਂਦਾ ਉਧਰ ਬਾਜ਼ਾਰ 'ਚ ਰਸ ਕੋਈ ਹੋਰੇ ਪੀ ਜਾਂਦਾ ਕੀ ਮਤਲਬ ਤੇਰਾ ਓਏ ਆ ਮਤਲਬ ਸਾਫ ਸਾਫ ਆ ਦਾਰਾ ਨੂਰ ਨੂੰ ਬਾਜ਼ਾਰ 'ਚ ਘੁਮਾ ਰਿਹਾ ਇਹ ਦਾਰੇ ਦੀ ਤਾਂ ਚਲਾ ਮੇਰੇ ਨਾਲ ਚੱਲ ਫਿਰ ਤੇ ਇੱਕ ਫੁੱਲਾ ਗੋਭੀ ਦਾ ਵੀ ਪਾ ਦਿਓ ਓ ਨੂਰ ਕਿਵੇਂ ਆ ਕੌਣ ਹੈ ਵੇ ਤੂੰ ਨੀ ਇਕੱਠੇ ਆ ਪਰ ਇਹ ਖੇੜਦੇ ਉਹ ਸਾਡੇ ਨਿੱਕੇ ਹੁੰਦਿਆਂ ਦੀ ਅੜੀ ਹੱਥ ਛੱਡ ਮੇਰਾ ਛਿੱਤਰ ਨਾ ਖਾਲੀ ਤੂੰ ਹੈ ਕੌਣ ਮੈਂ ਲੱਖਾ ਜਿਹਦੇ ਹਮੇਸ਼ਾ ਹੀ ਤੇਰੇ ਕਰਕੇ ਤਾਰੇ ਨਾਲ ਸਿੰਘ ਫਸਦੇ ਹੁੰਦੇ ਸੀ ਆ ਗਿਆ ਤੇਰੇ ਸਿੰਘ ਭੋਰ ਨਾਲ ਅੱਜ ਮਰੇਗਾ ਮੇਰੇ ਹੱਥੋਂ ਪਿੱਛੇ ਹਟ ਜੀ ਸਿਆ
ਆ ਦੇਖ ਤਾਂ ਸਹੀ ਕਿਵੇਂ ਹੰਕਾਰਿਆ ਖੜਾ ਹੈ, ਜਿਵੇਂ ਅੱਗ ਲੱਗੀ ਹੁੰਦੀ ਹੈ। ਉਹ ਜਾ ਓਏ, ਬੋਲਣ ਨੂੰ ਮਰਦਾ, ਤੂੰ ਤਾਂ ਜੰਮਿਆ ਹੀ ਪਿਓ ਦੇ ਸਿਵੇ ਤੇ ਸੀ। ਉਹ ਕਰਨੈਲ ਸਿਆ ਨਹੀਂ ਟਲਿਆ, ਤੂੰ ਦੱਬੀ ਅੱਗ ਨੂੰ ਹਵਾ ਦੇ ਦਿੱਤੀ। ਕੀ ਕਿਹਾ ਚਾਚਾ? ਓਏ ਮੈਥੋਂ ਕੀ ਪੁੱਛਦਾ, ਜਾ ਕੇ ਆਪਣੀ ਮਾਂ ਨੂੰ ਪੁੱਛ ਵੀ ਤੇਰੇ ਪਿਓ ਦਾ ਕਾਤਲ ਕੌਣ ਹੈ। ਚੱਲ ਪੁੱਤ ਘਰ ਚੱਲੀਏ, ਇਹ ਤਾਂ ਲੋਕ ਐਵੇਂ ਆਵਾਜ਼ ਦਵਾਜ਼ਾ ਬੋਲਦੇ ਰਹਿੰਦੇ, ਝੂਠ ਬੋਲਦੇ, ਝੂਠੇ। ਚੱਲ ਪੁੱਤ ਚੱਲ ਪੁੱਤ ਚੱਲ। ਹਾਏ ਰੱਬਾ, ਆ ਕੀ ਕਸਗਨ ਹੋ ਗਿਆ। ਹਾਏ ਰੱਬਾ, ਸੁੱਖ ਰੱਖੀ, ਦੁੱਧ ਉੱਬਲ ਗਿਆ। ਕੀ ਹੋਇਆ ਪੁੱਤ? ਜੀਸਿਆ ਕੁਛ ਨਹੀਂ ਭਰਜਾਈ, ਬਸ ਉਹ ਕੀ ਕਹਿੰਦੇ ਆ, ਕੌਡੀ ਖੇਡਦੇ ਹੋਏ ਨਾ ਮਾੜੀ ਜਿਹੀ ਸੱਟ ਲੱਗ ਗਈ ਹੈ, ਤੇ ਤੂੰ ਐਂ ਕਰ ਗਰਮ ਦੁੱਧ 'ਚ ਹਲਦੀ ਪਾ ਕੇ ਦੇ ਇਹਨੂੰ। ਪੁੱਤ ਸੱਟ ਜ਼ਿਆਦਾ ਤਾਂ ਨਹੀਂ ਲੱਗੀ? ਸੱਟ ਤਾਂ ਬਹੁਤ ਡੂੰਘੀ ਲੱਗੀ ਆ ਬੇਬੇ। ਕੀ ਕਿਹਾ? ਇਹਨੇ ਕੀ ਕਹਿਣਾ, ਤੂੰ ਐਂ ਕਰ ਰੋਟੀ ਪਾ ਦੇ ਸਾਨੂੰ, ਅੱਜ ਮੈਂ ਆਪਣੇ ਪੁੱਤ ਨਾਲ ਹੀ ਸੌਂਗਾ, ਹੈ ਨਾ। ਹਾਏ ਮੈਂ ਮਰ ਗਈ, ਤੇਰੀ ਅੱਖਾਂ 'ਚ ਹੰਝੂ। ਤੁਸੀਂ ਮੈਨੂੰ ਦੱਸਦੇ ਕਿਉਂ ਨਹੀਂ ਹੋਇਆ ਕੀ ਆ, ਤੁਸੀਂ ਕਿਉਂ ਬੁਝਾਰਤਾ ਪਾਈ ਜਾਂਦੇ ਹੋ? ਪੁੱਤ ਤੂੰ ਹੀ ਦੱਸਦੇ ਕੀ ਹੋਇਆ, ਤੈਨੂੰ ਮੇਰੀ ਸੌਂ ਲੱਗੇ। ਤੈਨੂੰ ਵੀ ਮੇਰੀ ਸੌਂ ਲੱਗੇ ਬੇਬੇ। ਦੱਸ ਮੇਰੇ ਬਾਪੂ ਦਾ ਕਤਲ ਕਿਹਨੇ ਕੀਤਾ ਸੀ? ਉਹ ਕਹਿਲਾ ਸ਼ਰਮ ਮੇਰਾ ਮਾਰ ਗਿਆ ਮੈਨੂੰ। ਆਗ ਮੈਨੂੰ ਮੇਰੇ ਬਾਪੂ ਦਾ ਸਿਵਾ ਲੱਗਦਾ ਹੈ। ਦੱਸ ਬੇਬੇ, ਦੱਸ ਕਿਹਨੇ ਕੀਤਾ ਸੀ ਕਤਲ ਮੇਰੇ ਬਾਪੂ ਦਾ, ਦੱਸ ਦੇ ਨਾ। ਮੇਰੇ ਪੁੱਤ ਇਹਨਾਂ ਕਿਹਾ ਹੈ, ਤੂੰ ਦੱਸਦੀ ਕਿਉਂ ਨਹੀਂ? ਨਹੀਂ ਪੁੱਤ, ਜਿਹੜੀ ਅੱਗ ਮੈਂ ਇੰਨੇ ਸਾਲਾਂ ਤੋਂ ਆਪਣੇ ਸੀਨੇ 'ਚ ਦੱਬੀ ਬੈਠੀ ਆ, ਹੁਣ ਨਾ ਫਰੋਲ। ਮੈਨੂੰ ਨੋ ਦੱਸ ਦੇ ਬੇਬੇ, ਨੋ ਦੱਸ ਦੇ ਉਹਦਾ। ਦਾਰਿਆ ਪੁੱਤ, ਜੇ ਤੈਨੂੰ ਪਤਾ ਲੱਗ ਹੀ ਗਿਆ ਤਾਂ ਸੁਣ, ਵਕਤ ਨੇ ਸਾਡੇ ਨਾਲ ਬੜੀ ਅਣਹੋਣੀ ਕੀਤੀ ਹੈ। ਰੱਜੇ ਪੁੱਜੇ ਜ਼ਮੀਦਾਰ ਸੀਗੇ ਅਸੀਂ, ਮੇਰਾ ਭਾਈ ਪਿੰਡ ਦੇ ਸਿਰਕਟ ਵੀ ਬੰਦਿਆਂ ਚੋਂ ਸੀਗਾ। ਗਰੀਬ ਗੁਰਬਿਆਂ ਦੀ ਮਦਦ ਕਰਨ ਨਾਲ, ਬੜੇ ਬਜ਼ੁਰਗਾਂ ਦੀ ਇੱਜ਼ਤ ਕਰਨ ਵਾਲਾ ਸੀਗਾ ਮੇਰਾ ਭਾਈ। ਸਾਰੇ ਬਜ਼ੁਰਗਾਂ ਨੂੰ ਆਪਣੇ ਸਕੇ ਮਾਂ ਪਿਓ ਦੀ ਤਰ੍ਹਾਂ ਮਾਣ ਸਨਮਾਨ ਦਿੰਦਾ ਹੁੰਦਾ ਸੀਗਾ ਮੇਰਾ ਭਾਈ। ਧੀਆਂ ਭੈਣਾਂ ਦੇ ਸਿਰ ਕੱਛਣ ਵਾਲਾ। ਪਰ ਇੱਕ ਇਹ ਜੀ ਕਲੈਣੀ ਘੜੀ ਆਈ ਜਿਹਦੇ ਵਿੱਚ ਜਗੀਰ ਸਿੰਘ ਬਾਪ ਰੋਲਾ ਬਣ ਕੇ ਸਾਡੀ ਜ਼ਿੰਦਗੀ 'ਚ ਦਾਖਲ ਹੋ ਗਿਆ। ਜਗੀਰ ਸਿੰਘ ਨੇ ਨਾ ਕਦੇ ਪੁਲਿਸ ਦੀ ਪਰਵਾਹ ਕੀਤੀ ਹੈ, ਨਾ ਸਮਾਜ ਦੀ ਤੇ ਨਾ ਕਾਨੂੰਨ ਦੀ। ਮੈਂ ਹਮੇਸ਼ਾ ਲੋਕਾਂ ਨਾਲ ਧੱਕਾ ਕੀਤਾ, ਕਰਦਾ ਤੇ ਕਰਦਾ ਰਹੂੰਗਾ, ਭਾਵੇਂ ਮੇਰੇ ਰਾਹ 'ਚ ਰੱਬ ਆ ਜੇ। ਬਚਨੇ ਪੁੱਤ, ਇਸ ਵਾਰੀ ਤਾਂ ਬਾਸਮਤੀ ਵੀ ਰਕੜਾ ਲਾ ਗਈ। ਬਚਨ ਸਿਆ, ਇੱਧਰ ਆ, ਕਾਗਜ਼ ਤੇ ਗੂਠਾ ਲਾ ਤੇ ਜ਼ਮੀਨ ਖਾਲੀ ਕੱਢ ਕੇ ਡੰਡੀ ਰਗੜ। ਐਂ ਕਿਵੇਂ ਲਾ ਦਿਆਂ ਗੂਠਾ? ਵਿਆਜੂ ਪੈਸੇ ਹੀ ਲਿਆ, ਹਰ ਛਮਾਹੀ ਵਿਆਜ ਤਾਂ ਮੋੜਦਾ। ਪਰ ਤੂੰ ਬਾਈ ਨੂੰ ਐਤਕੀ ਸਾਰੇ ਪੈਸੇ ਮੋੜਨੇ ਕੀਤੇ ਸੀ। ਓਏ ਮੈਨੂੰ ਚਾਰਦਾ, ਦੁਨੀਆ ਡੰਗਰ ਚਾਰਦੀ ਹੋ, ਗੇਰੂ ਬੰਦੇ ਚਾਰਦਾ। ਓਏ ਮੁੰਡਿਓ, ਟਰੈਕਟਰ ਸਟਾਰਟ ਕਰੋ ਤੇ ਲਓ ਕਬਜ਼ਾ। ਨਾ ਭਾਈ, ਧੱਕਾ ਨਾ ਕਰੋ, ਇਸ ਵਾਰ ਫਸਲਾਂ ਦੇ ਪੈਸੇ ਦੇ ਦੇਵਾਂਗੇ। ਲੈ ਚੌਰੇ ਦੀ ਸੁਣ ਲਓ। ਉਹ ਤੂੰ ਪਾਸੇ ਹਟੋ ਬੜਿਆ, ਉਹ ਬੁੜਿਆ ਤੂੰ ਸਾਡੇ ਤੜਾਉਣੇ ਆ, ਪਰਾ ਮਰ। ਖਬਰਦਾਰ ਓਏ, ਬਚੱਤਰ ਸਿੰਘ ਦੇ ਜਿਉਂਦੇ ਜੀ, ਉਹਦੇ ਪਿੰਡ ਦੀ ਵਾਹ ਵੱਲ ਨਹੀਂ ਕੋਈ ਤੱਕ ਸਕਦਾ। ਕੌਣ ਹੋ ਤੁਸੀਂ? ਮੈਨੂੰ ਪਿੰਡ ਵਾਲੇ ਕੇਰੂ ਕਾਣਾ ਕਹਿੰਦੇ ਆ। ਤੂੰ ਸਰਦਾਰ ਜਗੀਰ ਸਿੰਘ ਨੂੰ ਨਹੀਂ ਜਾਣਦਾ? ਜਾ ਓਏ ਆਪਣੇ ਜਗੀਰ ਸਿੰਘ ਨੂੰ ਕਹਿ ਦੇ ਜਾ ਕੇ ਪਹਿਲਾਂ ਆਪਣੇ ਨਾਂ ਪਿੱਛੋਂ ਸਿੰਘ ਲਾਉਣਾ ਬੰਦ ਕਰੇ। ਓਏ ਗੁਰੂ ਨੇ ਸਿੰਘ ਮਜਲੂਮਾਂ ਦੀ ਰਾਖੀ ਲਈ ਸਾਜੇ ਸੀ, ਲੋਕਾਂ ਦੇ ਹੱਕ ਹੋਣ ਲਈ ਨਹੀਂ। ਰਹੀ ਗੱਲ ਤੇਰੇ ਪੈਸਿਆਂ ਦੀ, ਡਰਨਾ ਨੀ ਸੁੰਦਰ ਸਿਆਂ ਇਹੋ ਜਿਹੇ ਲੂੰਬੜਾਂ ਤੋਂ। ਪੈਸੇ ਤਾਂ ਤੂੰ ਮੋੜਤੇ ਪਚੱਤਰ ਸਿਆਂ,
पर सोच ला जंगीर सिंह दा गुस्सा बहुत भेड़ा जाने हो कि जुत्तियां खा के जाऊंगा पर चल कहदा ता रब ही रखा चाचा तू ता अपने पिंड लई रब वांगू है ना बचन सिया साडे गुरुआं ने किया ना ही जुल्म करना है ते ना ही जुल्म सहना है गुट्टा नहीं लाएगा नहीं लाऊंगा गुट्टा ओए मूर्ख तुसी क्यों कुटी जाना बेचारे नु आपा नु ता एदा गुट्टा चाहिदा है ला गुट्टा ला जिते जिते चाहिदा लाली पहला सिर्फ इतनी जमीन जानी सी हूं पूरा घर कट जाऊगा अते खुदा दा वैर हुंदा बचन सिया कोई जिड्डा मर्जी जालम होवे पर सच अगे उन्हें चुकना ही पिया लो जी पानी लिया देखी देखी संभल के नसीब करे तैनू किन्नी वर की है कुछ दिन अपना ध्यान रख चंगा जी आराम करया कर दीरे जिदे नाल तू सिंह फसा रहा है तैनू पता भी है वो है कौन इस इलाके दा मन्या होया बदमाश है वो जगीरा कहिंदे कवांदे बंदे भी उहदी हवेली दे मूहरे उच्ची साह लैण तों डरदे आ परजाई तू समझा इहनूं देखो जी पहला गल होर सी हुण आपां कबीलदार हो गए हाँ सुखां सुखदियां नूं मसां खुशियां घर च आईआं ने आपां किसे दी लड़ाई झगड़िया तों की लैणा है थानेदार कानगो पटवारी तहसीलदार सब उहदा पाणी भरदे उपर तक पहुंच है उहदी नाले पिंड विच होर भी तो बथेरे बंदे ने उन्हां नूं अपने मसले आप नजिठण दो बाई जी जे कुत्ता हलक जाए ना तो लोकी पासे दी होके लंघदे आ आपां ने जरूर उहदे हलक च हथ पसाणा बस करो मैं लड़ाइयां किसी बदमाशी लई नहीं लड़ रहा नमाणे नताणे लोकां दे हक च खड़ना साडे पुरखियां दी रीत रही है जी सिया जे असी नमाणे नताणे लोकां लई नहीं लड़ांगे फिर सानू सिंह कहाउण दा की हक है भुल गए तुसी गुरु महाराज ने की किया सी सूरा सो पहचानिए जो लरे दीन के हेत पुरजा पुरजा कट मरे कबहू न छाडे खेत हुण मेरी जान भी चली जाए मैं नहीं पिछे हटता जी सिया तू काली तहसील जा ते बचन सिंह की जमीन दे कागज लेके आ जगीरा बदमाश नाले होर बथेरे देखे तू फिकर ना कर नसीब करे आ कुछ सुन के तू मेरे सामने बैठा दबाओ बचत्तर सियाम चाचा वैसे जगीर सिंह बंदा सच्ची ठीक है तू फिकर का तो करदा बचन जी हां पाचला अमरा करू जाने ने चर दे ना मार बजित्र मेरा कोई कसूर नहीं नाले मेरी एक तो पहली टूटी टूटी जाओ कई दिन जगीरे नू जाके गिद्दड़ चाहे लख शेर दी खल पाले पर शेर नहीं बनता हुण बार चमूतिया नहीं सरना बस सीधा टकरे आके मेरे नाल चाल तेरी भी मैं चल रहा ते अपनी भी अधी रात होगी
तेरा कोई भी प्यादा मेथों मर क्यों नहीं रहा। जंगीर सिंह ऐ कर, पहला उन्हों अंदर बढ़न दे, फिर खेल। इन्नी क गल बड़ी लेट समझ आई। भाई जी पचित्र ने फिर मतलब दुश्मन जोरावर है। शतरंज बड़े कम दी खेड है, हाथी नू अपने पाले जान दे। बड़े चर्चे सुने ने तेरी बहादुरी दे, बाई दी सेवा लई चाह पानी तैयार करो भई। जी भाई जी। टाइम होना ना जगीर सिंह, नशा पत्ता जिंदगी च कोई नहीं। सारा इलाका मैनू बाई जी कहंदा है। खैर कोई गल नहीं, तू पहली बारी आया ना मेरी हवेली च, मुड़ के पता नहीं आना कि नहीं आना। तेरी एक दे जोर दी गल तां दस्ती मुंडिया ने, आ मेरे वाली खेड देखते हैं, एक बाजी हो जाए। हाँ खेड लेने, खेड़िया चिर बहुत हो गया। आ ले तकड़ा खिलाड़िया है, जो मैनू जमी पसंद नहीं। पिंड खातरी पूंछ मोटियां ते रखी फिरदा सी, भज गए ना सारे पूंछ चड्डियां च दे के। हथ खोल करा वड्या सूरमिया, फिर देखी जगता जगा। अजे भी भौंकना कुत्तिया। पचित्र सिंह, इस पिंड की जमीन खातर तू पंगा लिया सी मेरे नाल, इस पिंड की ऐसे पिंड च बढ़ूंगा मैं तेनू अज, ऐसे पिंड च। सीरिया करे बुला के नथे ते बार करना भी धोखे नाल, वो मर्दों का कम नहीं, तू ऐसी मर्दानगी ते। पचित्रा तेनू मैं ऐस घर च ऐसी मौत मारूंगा कि तेरी रूह टक्करा मारदी फिरा करूगी ऐस घर दियां कंधां नाल टक्करा। आजा अंदर। मार साले नू कंध नाल। Ah!
चाची चाची बचन सिंह इन्ना घबराया का तो होया है आ तेरे सट्टा किवें लगिया चाची तू चल मेरे ना जगीर सिंह ने चाचे नु धोखे ना मारता हाय हाय जीतिया बचित्तर सिंह ता साध बंदा सी पर हुण जेड़ा पाणा वर्तना सी ओ ता वर्त ही गया हुण इस घर दी जिम्मेवारी तेरे ते आण पई है हुण तू इस घर दा मोढ़ी है हुण तू संभल ओ मेरे वीर ने तुहाडे कम्मां लई मैनू मैनू शहर भेज दित्ता सीगा ओए उड़ मेरा वीर किते गया ओए मेरे रब्बा ओए उड़ कितो मिलेगा मेरा भरा ओए मेरे वीर बस जीते अब बच कर मैं ते ना लोका गहनी ओ बेंती करती हूं बस मेरे उते इन्नी मेहर कर मेरे उड़ वाले बच्चे नु ए ना पता लगे कि ओदे प्यो दी मौत किंदा हुई मैं अपने बच्चे नु इस अग विच सड़दा होया नहीं देख सकती नहीं आई आई मैं इस दुश्मनी नु ऐते ही कदों कर देना चाहती हूं जीत सिंह मुंडा होया है पोता ओ मेरे पुत्र ओ तेरे यार दी खुशी मनावा के अपने भरा दे जान दे के मनावा ओ मेरे पुत्र ओ मेरे पुत्र दरिया ऐसी ओ कौड़ा सच जिन्हों इन्ने साल तो असी अपने सीने च दब के अंदरों अंदरी हुण तक दुखती रहे आ गल सुने पुत गल सुने कित चलिया है रहण दे पापी ना हुण ना इन रोक पांबड़ नूं ठंडे होण दे विच समां लगेगा ਇੱਥੇ ਲਿਆ ਕੇ ਮਾਰਿਆ ਸੀ ਨਾ ਤੈਨੂੰ ਤਾਂ ਹੀ ਇਹ ਹਵੇਲੀ ਛੋਟੇ ਹੁੰਦੇ ਤੂੰ ਮੈਨੂੰ ਆਵਾਜ਼ਾਂ ਮਾਰਦੀ ਆ ਹਾਂ ਬਾਪੂ ਮੈਂ ਤੇਰੀ ਭਟਕਣਾ ਦੂਰ ਕਰੂੰਗਾ ਇੱਥੇ ਲਿਆ ਕੇ ਧੌਣ ਵੱਢੂੰਗਾ ਜਗੀਰੇ ਦੀ ਆਹ ਦੇਖੋ ਥਾਣੇਦਾਰ ਸਾਹਿਬ ਆਹ ਤੁਹਾਡੇ ਸਾਹਮਣੇ ਹੀ ਮੇਰੀ ਧੌਣ ਵੱਢਣ ਦੀਆਂ ਗੱਲਾਂ ਕਰ ਰਿਹਾ ਹਾਂ ਉਹ ਵੱਡਿਆ ਬਦਮਾਸ਼ਾ ਬੜੀ ਜਵਾਨੀ ਚੜੀ ਆ ਤੈਨੂੰ ਪਹਿਲਾਂ ਬਾਜ਼ਾਰ 'ਚ ਕੁੜੀਆਂ ਛੇੜਦਾ ਫਿਰ ਆ ਸ਼ਰੀਫ ਬੰਦੇ ਦੇ ਹੱਥ ਚੱਕਦਾ ਚੱਲ ਤੇਰੀ ਆਕੜ ਕਰਦਾ ਥਾਣੇ ਜਾ ਕੇ ਚੱਲ ਕਰਾਉਂਦਾ ਤੈਨੂੰ ਸੂਤ ਵੱਡੇ ਵੱਡੇ ਸੂਤ ਕੀਤੇ ਆ ਮੈਂ ਤੂੰ ਹੈ ਕੀ ਚੀਜ਼
तेरा लाउंदा नंबर अज पट्टे बदमाश दा। थानेदार साहब देखदे की हो, बनाओ एदा मुकाबला। मैं सुनिया कबड्डी बहुत खेडदा तू, चल अज देखदे आ तेरे पट्टां दा जोर। भज भज। मैं सुनिया कबड्डी बहुत खेडदा तू, चल आज देखदे आ तेरे पट्टां दा जोर। भज भज। भज। वर्दी पा के कम शोभा नहीं देंदे। एक मिनट च उतरवा दूं तेरी ये वर्दी। पली चाहुंदे हो तां दफा हो जाओ इत्थों। ओ है कौन है तू? एडवोकेट जोरावर सिंह। वकील आ, अपनी जान चे भलाई इत्थों, इन्हू तां फिर देखांगे किसे दिन। चल रख्या उतर जा। दारिया तू पछाणिया नहीं? पानू ताई। हाँ ए तेरा वीर जोरावर। जोरा जफ्फी पाला, जफ्फी नहीं पाएगा वीर। ਇਹ ਮੇਰਾ ਫਰਜ਼ ਸੀ ਵੀਰ। ਇਹ ਸਭ ਕੀ ਸੀ ਪੁੱਤ? ਬੀਬੀ ਸਾਰੀਆਂ ਗੱਲਾਂ ਇੱਥੇ ਹੀ ਕਰਨੀਆਂ ਨੇ, ਵੀਰਾ ਪਰੇਸ਼ਾਨ ਹੈ, ਬਾਕੀ ਗੱਲਾਂ ਘਰੇ ਕਰਦੇ ਹਾਂ। ਚਲੋ ਚਲੋ। ਤੇ ਪੁੱਤ ਕੀ ਹੋਇਆ, ਦਾਰੇ ਨੂੰ ਪੁਲਿਸ ਕਿਉਂ ਲੈ ਗਈ? ਪਤਾ ਨਹੀਂ ਤਾਈ, ਥਾਣੇਦਾਰ ਦੇ ਨਾਲ ਲੱਖਾ ਵੀ ਸੀ, ਉਹ ਤਾਂ ਪਹਿਲਾਂ ਤੋਂ ਸਾਡਾ ਦੁਸ਼ਮਣ ਹੈ। ਜੀਤ ਸੀ ਉਹ ਵੀ ਦਾਰੇ ਨੂੰ ਲੱਭਣ ਗਿਆ ਹੋਇਆ। ਆਪਾਂ ਸਰਪੰਚ ਕੋਲ ਚੱਲਦੇ ਹਾਂ। ਚਲੋ ਹਾਂ ਚਲੋ, ਛੇਤੀ ਕਰੋ। वे पुत तू आ गया, वे पुत तू ठीक है? मेरा बच्चा ठीक है, मेरा पुत ठीक है। पुलिस गा तो पढ़ के ले गई सी, मेरे पुत नु कुछ होया था नहीं। पानो नसीब कुरे, तू घबराई क्यों है? चल आपा बैठ दिया, आजा पुत। मेरे बच्चे नु कुछ होया था नहीं, मेरे पुत नु की नजर लग गई। ए जगह भला सी मेरा पुत, पुत पुलिस ने मारा था नहीं मेरे पुत नु, मेरे पुत ते सट तरी लगी। मैं अपने पुत ले हल्दी वाला दुध लेके आनी आ। जगी बाणी आओ, मेरी गल सुनो। वे पुत कित चले आए? वे पुत कुछ कोई बोलता ही नहीं गा, की होई की जांदा है, की हो गया? बेबे तू फिक्र ना कर, सब ठीक हो जाएगा। अरे तू इरु पछाणिया नहीं? तेरा पुत जोरावर है? जोरावर मेरा पुत एड्डा वड्डा हो गया, मेरा पुत किड्डा वड्डा हो गया, मां शाद के मेरा बच्चा, मेरा पुत। बेबे मैं तेनू, मैं एक मिनट बेबे, मैं आया। बाणिए बदला लेना भाई। की तो बदला लेना वीरे? है साडे पिंड दा एक गुंडा, मेरे बापू दा कातल, सारे पिंड दे सामने लिया के बढ़ना उन्हूं। इस लड़ाई च मैं भी तेरे नाल आ। नसीब करे रोक नहीं है ना मुंडिया नू, होर ना कोई अणहोनी हो जाए। वे मुंडियो ये काम ना करो तुसी। पानो की होया?
की गल? इस भेत लुको के अपने दिल विच मैं इस दुनिया तो जाना चाहती सी, पर मैनू की पता सी नसीब करे मैनू ये दिन भी देखना पऊगा। मैनू अज भी और रात याद है। बे जगीर सिंह, हाँ जसवंत कौर पूरी हो गई। कोई न्याणा न्यूणा जम गई कि ढिड जी मर गया? परमात्मा ही जानता बचगा कि नहीं। सतमा है, सदमा है तो फिर मैं हजे बलूंगे तो की करा। जा ले जा, जे बच गया तो पाल पुल नहीं। अह जी बदशकल तिमी नाल मैं तो ब्याह ही हवेली ते जमीन जायदाद करके कराया सी। अजीत सिंह ने कणक भी नहीं कट्ठी की, सारी सिल्ली हो गई। नसीबो तगड़ी है पुत। हाँ बेबे ठीक है। हाँ बह जा। आ नसीब करे, अज मैं तेरे तो कुछ मंगन आई हाँ। तेनू की चाहिए बेबे? मां दी गोद। मां दी गोद? मैं कुछ समझी नहीं। रब दा जी सतमाह जम्मे, ए जहान ते आया तेरी मां तुर गई, तू किवे ना किवे इस नूं पाल लै पुत। पर ए है कीदा? मेरी राणी ती, जदों मेरे हथों कोई नवा जी इस दुनिया च आउंदा है ता मैं अपने आप नूं बहुत भागां वाली समझदी हाँ। मैं ममता मारी इस नूं चक लियाई, तू पुन कट लै पुत। बेबे तू तो सब जानदी हाँ, तेनू तो सब पता है। नहीं तू एदा कोई होर हिला नहीं कर सकती। करमा मारिया, तेरा इस दुनिया च आना तो लिखा सी पर जीना नहीं। खड़ी बेबे इस मासूम दी चीखां ने तेरी ममता जगाती है। मैं इनू पालूंगी। चौंदी रह पुत्र, चौंदी रह। मैंने माफ करी नसीब करे, दाई दूजी मां हुंदी है। जिस रात जोरे का जन्म होया सी उस तो चार दिन पहला दारा इस दुनिया च आया सी। देखी ए हाथ किन्ने बच्चों नू इस दुनिया विच लेके आए। तू मैनू दस, मैं जोरे नू मरन वास्ते किवें छड़ दिंदी? मैं थोड़े दोनों परिवारों की दुश्मनी नू भुला के जोरे नू तेरी झोली विच पा दिता। मैनू ये दस, जे मेरी थां ते तू होंदी तू की करती? जमीन पिछे मारिया सी ना मेरे बापू नू, हुण बस जगीरे कोले जमीन नहीं छड्डनी। इस दा राह मेरे कोल है। देख वीर, मेरे बारे गलत ना सोची। जिस प्यो ने अपने 7 महीने के बच्चे नूं घरों कढ़ता होवे ओ प्यो प्यो नहीं जला दे। उस दे गंदे खून नूं मेरी मां दे पाक पवित्र दुध ने मेरियां रगां च धोता। मैनूं पता है उसने वकील भी मैनूं अपने मतलब लई बनाया। कोई रिश्ता नहीं मेरा उस नाल। हुण उस तों जमीना खोण दा तरीका तैनू मैं दसूं वीरे। नूर सब ठीक तां है दारे? ते अज अचानक किवें बुलाया? नाले तेरे बापू बारे पता लग गया, बहुत दुख होया। नूर
मैं तेनू इत्थे इस करके बुलाया भी मैं तेरे नाल ब्याह नहीं करा सकता। क्यों? देख जिहड़े रस्ते ते मैं चलिया ना उहदा अंत मैनू भी नहीं पता भी की होना है। मैं तेरी जिंदगी खराब नहीं करनी चाहुंदा, मैनू माफ कर दे नूर। मजबूर करन सानू किन्ने भी हला सानू रहे डरों दिए पावे हिजरा दीरा मजबूर करन सानू किन्ने के बेशक नहीं रस्ते हो सकते मेरा दिल कहता है अस वक्त नहीं हो सकते मेरा दिल कहता है अस वक्त नहीं हो सकते जमीन सिर्फ इंप्रूवमेंट ट्रस्ट की मलकियत है। ओए की मेला लाया तुसी? चलो अपने घर पीछे हटो। ओए इन पट के पासे सिटो। सॉरी सर हुण तुसी इनू नहीं पढ़ सकते, ए थां सरकार ने एक्वायर कर लिया। जंगीर सिंह नाल इस तरह धक्का नहीं हो सकता, इत्थे गोलियां चल जाणगियां, लाशां विचणगियां, इत्थे लाशां। इहनूं दफा करो इत्थों। व्हाट डू यू मीन, की दफा करो? सॉरी डैड बट गुस्से नूं काबू च रखो, इस जमीन दा आपां सिर्फ मुआवजा लै सकते हां, होर कुछ नहीं कर सकते। तैनूं पढ़ा लिखा के वकील इस वास्ते बनाया है भई तूं हुण मैनूं कानून सिखावेंगा? कानून दी लड़ाई मैं लड़ूंगा ना। कानून दी लड़ाई? ओए काका तेरे प्यो ने अज तक बंदूकों की लड़ाई लड़ी है। ओफो हालात समझो, अंदर रखो इनू, तुसी जाके गड्डी च बैठो, मैं गल करता, जाओ ना। जाओ डैड। सॉरी।
ਬਾਈ ਜੀ ਹੁਣ ਇਸ ਮਸਲੇ ਦਾ ਹੱਲ ਕੱਢੋ। ਇਹ ਕੰਮ ਮੇਰੀ ਨਜਾਇਜ਼ ਔਲਾਦ ਹੀ ਕਰ ਸਕਦੀ ਹੈ, ਪਰ ਇਹ ਸ਼ੀਰਾ ਇਸ ਵੇਲੇ ਕਿੱਥੇ ਮਰਦਾ ਹੋਣਾ? ਉਹ ਲਾਇਆ ਤਾਂ ਉਹਨੂੰ ਨਸ਼ੇ ਵੇਚਣ ਵਾਸਤੇ ਸੀ, ਪਰ ਉਹ ਖੁਦ ਨਸ਼ਿਆਂ 'ਚ ਡੁੱਬ ਗਿਆ। ਪਰ ਬਾਈ ਇਹ ਕੰਮ ਸ਼ੀਰਾ ਹੀ ਕਰ ਸਕਦਾ। ਕਾਲੇ ਜੀ, ਬਾਈ ਜੀ ਸ਼ੀਰਾ ਪਤਾ ਕਿੱਥੇ ਆ? ਪਤਾ ਕਰ ਲੈਂਦੇ ਹਾਂ, ਜਿੱਥੇ ਵੀ ਆ ਉਹਨੂੰ ਮੇਰੇ ਕੋਲ ਲੈ ਗਿਆ ਜੀ। ਮੈਂ ਸ਼ੇਰਾਂ ਸ਼ੇਰ ਹਰ ਹੀਲੇ ਪਤਾ ਕਰਨਾ ਹੈ ਕਿ ਸ਼ੇਰ ਦੇ ਜਵਾੜਿਆਂ ਚੋਂ ਉਹਦਾ ਸ਼ਿਕਾਰ ਖਾਣ ਦੀ ਜ਼ਰੂਰਤ ਕਿਹਨੇ ਕੀਤੀ ਹੈ। ਓ ਨਾਲੇ ਪੀਤੇ ਦੰਦ ਦਾ ਅੱਜ ਜ਼ੋਰ ਦਿਖਾਉਣਾ, ਹੋਏ ਅੱਤ ਚੱਕੀ ਹੈ ਜਿਸ ਨੇ ਉਹਨੂੰ ਪੂੰਜੇ ਪਾਉਣਾ, ਹੋ ਬਦਲਾ ਲੈਣਾ ਬਾਪ ਦਾ ਹੈ, ਬਾਪ ਦਾ ਹੈ, ਬਾਪ ਦਾ ਬਦਲਾ ਲੈਣਾ ਬਾਪ ਦਾ, ਕਿਉਂ ਫਿਰਦਾ ਖੁੱਲਿਆ ਬਾਪੂ? ਜੇ ਅੱਜ ਤੂੰ ਹੁੰਦਾ ਨਾ ਤਾਂ ਬਹੁਤ ਖੁਸ਼ ਹੁੰਦਾ, ਕਿਉਂਕਿ ਤੇਰਾ ਪੁੱਤ ਤੇਰੇ ਪਾਏ ਹੋਏ ਪੂਰਨਿਆਂ 'ਤੇ ਚੱਲ ਰਿਹਾ। ਹੁਣ ਤਾਂ ਬਸ ਮੇਰੀ ਜ਼ਿੰਦਗੀ ਦਾ ਇੱਕੋ ਹੀ ਮਕਸਦ ਰਹਿ ਗਿਆ, ਜਗੀਰ ਸਿੰਘ ਵੱਲੋਂ ਗਰੀਬਾਂ ਦੀਆਂ ਖੋਹੀਆਂ ਹੋਈਆਂ ਜ਼ਮੀਨਾਂ ਨੂੰ ਵਾਪਸ ਦਿਵਾਉਣਾ। ਮੈਨੂੰ ਤੇਰੀ ਸੌਂ ਲੱਗੇ ਬਾਪੂ, ਜਦ ਤੱਕ ਮੈਂ ਜਗੀਰ ਸਿੰਘ ਵੱਲੋਂ ਗਰੀਬਾਂ ਦੀਆਂ ਜ਼ਮੀਨਾਂ ਵਾਪਸ ਦਬਾ ਨਹੀਂ ਨਾ ਦਿੰਦਾ, ਤੇਰਾ ਪੁੱਤ ਚੈਨ ਨਾਲ ਨਹੀਂ ਬੈਠਦਾ। ਦੋ ਤੀਵੀਆਂ ਮੇਰੇ ਦੋਨੋਂ ਹੀ ਮਰ ਗਈਆਂ, ਜੰਮ ਗਏ ਸਿੱਟ ਗਈਆਂ ਦੋ ਨਲਾਇਕ। ਇਹ ਮੇਰਾ ਨਲਾਇਕ ਹੁਣ ਤੱਕ ਆਇਆ ਕਿਉਂ ਨਹੀਂ? ਕਿੱਥੇ ਮਰ ਗਿਆ? ਭਾਈ ਜੀ ਸ਼ੀਰਾ ਨਸ਼ੇ 'ਚ ਲੱਗਦਾ। ਬੈਰੀ ਬਣਿਆ ਬਾਪੂ, ਗੱਲ ਸੁਣੋ। ਤੈਨੂੰ ਨਸ਼ਾ ਵੇਚਣ ਨੂੰ ਗਿਆ ਸੀ, ਖੁਦ ਨਸ਼ਾ ਕਰਨ ਲੱਗ ਗਿਆ। ਉਹ ਇਸੇ ਕੰਮ ਲਈ ਬੁਲਾਇਆ ਸੀ ਬਾਪੂ? ਬਦਤਮੀਜ਼, ਮੇਰੇ ਨਾਲ ਇਸ ਤਰ੍ਹਾਂ ਗੱਲ ਕਰੇਗਾ ਆਪਦੇ ਪਿਓ ਨਾਲ? ਮੇਰਾ ਬਹੁਤ ਵੱਡਾ ਨੁਕਸਾਨ ਹੋ ਗਿਆ, ਵਕੀਲ ਪੁੱਤਾਂ ਹੱਥ ਖੜੇ ਕਰ ਗਿਆ। ਓਕੇ ਡੈਡੀ, ਆਪਾਂ ਕੁਛ ਨਹੀਂ ਕਰ ਸਕਦੇ, ਮੈਨੂੰ ਕਾਨੂੰਨ ਸਿਖਾ ਰਿਹਾ, ਮੈਨੂੰ ਜਿਹਨੇ ਸਾਰੀ ਉਮਰ ਆਪਣੇ ਕਾਨੂੰਨ ਆਪ ਘੜੇ ਨੇ। ਪਹਿਲੀ ਵਾਰ ਏਡੀ ਵੱਡੀ ਮਾਰ ਪਈ ਹੈ। ਉਹ ਹੋਇਆ ਕੀ ਬਾਪੂ? ਕਰੋੜਾਂ ਦੀ ਜਾਇਦਾਦ ਤੇ ਸਰਕਾਰੀ ਫੱਟਾ ਲੱਗ ਗਿਆ। ਕਿਸੇ ਨੇ ਬਹੁਤ ਵੱਡੀ ਹਰਾਮਜ਼ਦਗੀ ਕੀਤੀ ਹੈ ਮੇਰੇ ਨਾਲ। ਹੁਣ ਜੇ ਤੂੰ ਇਸ ਪ੍ਰਾਪਰਟੀ ਤੋਂ ਬੇਦਖਲ ਹੋਣੋਂ ਬਚਣਾ ਚਾਹੁੰਦਾ ਨਾ ਤਾਂ ਪਤਾ ਕਰ ਕਿ ਮੇਰੀਆਂ ਜੜ੍ਹਾਂ ਵੱਢਣ ਦੀ ਕੋਸ਼ਿਸ਼ ਕਿਹਨੇ ਕੀਤੀ ਹੈ। ਲੈ ਵੀਰ ਇੱਕ ਹੋਰ ਜਿੱਤ, ਇਹ ਉਹਨਾਂ ਜ਼ਮੀਨਾਂ ਦੇ ਕਾਗਜ਼ ਨੇ ਜਿਨ੍ਹਾਂ ਕਰਕੇ ਤਾਇਆ ਜੀ ਦਾ ਕਤਲ ਹੋਇਆ ਸੀ। ਆਹ ਤਾਂ ਵਧੀਆ ਹੋ ਗਿਆ। ਵੀਰ ਇੱਕ ਗੱਲ ਪੁੱਛਾਂ? ਪੁੱਛ। ਮੈਂ ਕਈ ਦਿਨਾਂ ਤੋਂ ਨੋਟਿਸ ਕਰ ਰਿਹਾ ਤੂੰ ਖੁਸ਼ ਨਹੀਂ ਲੱਗਦਾ ਮੈਨੂੰ। ਕਿਉਂ, ਕੀ ਹੋਇਆ? ਪਤਾ ਲੱਗ ਗਿਆ ਮੈਨੂੰ, ਬੇਬੇ ਨੇ ਸਭ ਦੱਸਤਾ ਮੈਨੂੰ। ਕੀ ਦੱਸਤਾ ਬੇਬੇ ਨੇ ਤੈਨੂੰ? ਬੇਸ਼ੱਕ ਆਪਾਂ ਇੱਕ ਕੁੱਖ ਤੋਂ ਜਨਮ ਨਹੀਂ ਲਿਆ, ਪਰ ਦੁੱਤਾ ਇੱਕੋ ਮਾਂ ਦਾ ਪਿਤਾ ਹੈ। ਤੇਰੀ ਲੜਾਈ ਤੇਰਾ ਮਕਸਦ ਹੈ, ਠੀਕ ਹੈ, ਇਸ ਲੜਾਈ 'ਚ ਮੈਂ ਤੇਰੇ ਨਾਲ ਹਾਂ, ਸਾਰਾ ਟੱਬਰ ਤੇਰੇ ਨਾਲ ਖੜਾ, ਪਰ ਇਹ 'ਚ ਨੂਰ ਦਾ ਕੀ ਕਸੂਰ ਹੈ? ਊਂ ਤਾਂ ਤੂੰ ਲੋਕਾਂ ਦੀਆਂ ਧੀਆਂ ਭੈਣਾਂ ਦੇ ਭਲੇ ਕਰਦਾ ਫਿਰਦਾ, ਉਹ ਨਹੀਂ ਕਿਸੇ ਦੀ ਧੀ ਭੈਣ ਜਿਹਨੇ ਸਾਰੀ ਜ਼ਿੰਦਗੀ ਤੇਰੇ ਨਾਲ ਆਤੀ? ਤੈਨੂੰ ਬੜਾ ਫਿਕਰ ਹੈ ਨੂਰ ਦਾ, ਹੈ? ਹੋਊਗਾ ਨਹੀਂ, ਭਾਬੀ ਆ ਮੇਰੀ। ਅੱਛਾ, ਤੇਰੀ ਭਾਬੀ ਰਹੂਗੀ? ਓ ਤੂੰ ਹਲੇ ਜਾਗਣਾ ਹੀ ਆ ਬਾਪੂ। ਓਏ ਤੂੰ ਸੌਣ ਦੇਣਾ ਮੈਨੂੰ, ਆ ਬੈਠਾ ਉਡੀਕਦਾ। ਓਏ ਓਏ ਤੂੰ ਇਹਦੇ ਨਾਲ ਆ ਜੇ, ਸਾਲਾ ਕੌਲੀ ਚੱਕ ਜੇ, ਤੇਰੇ ਤਾਂ ਛਾਂਗਦਾ ਮੈਂ ਗਿੱਡੇ। ਚੱਲ ਉੱਠ, ਆ ਜਾ ਇੱਥੋਂ, ਸਾਲਿਆਂ ਦਾ ਅੱਗਾ ਨਾ ਪਿੱਛਾ। ਓ ਤੂੰ ਦੱਸ ਓਏ, ਓਏ ਥਾਂ ਥਾਂ ਪਾਈ ਫਿਰਦਾ ਦੁਸ਼ਮਣੀ ਤੇ ਉੱਤੋਂ ਫਿਰਦਾ ਡੱਕਿਆ, ਓ ਜੇ ਕਿਸੇ ਨੇ ਟਕੂਏ ਨਾਲ ਸਿਰ ਤੇ ਟੱਕ ਲਾਤਾ ਨਾ ਤਾਂ ਆਥਣੇ ਮੈਨੂੰ ਤੇਰੀ ਲਾਸ਼ ਚੱਕਣੀ ਪਊ। ਅੱਜ ਮੈਂ ਆਪਦੇ ਯਾਰਾਂ ਦਾ ਰਿਸ਼ਤਾ ਲੈ ਕੇ ਗਿਆ ਸੀ ਕਰਤਾਰੇ ਦੇ ਘਰੇ, ਉੱਥੇ ਫੇਰ ਪਿੱਛ ਦਾਰਾ ਫਸਿਆ ਬਾਪੂ। ਲਖਿਆ, ਧੀਆਂ ਭੈਣਾਂ ਦੇ ਰਿਸ਼ਤੇ ਰਜ਼ਾਮੰਦੀ ਨਾਲ ਹੀ ਚੰਗੇ ਲੱਗਦੇ ਨੇ, ਇੱਥੇ ਧੱਕਾ ਨਹੀਂ ਚੱਲਣਾ। ਤੂੰ ਆਪਣੇ ਦੋਸਤਾਂ ਨੂੰ ਬਿਠਾਈ ਬੈਠਾ, ਮੈਂ ਵੀ ਆਪਦੇ ਯਾਰਾਂ ਦਾ ਰਿਸ਼ਤਾ ਲੈ ਕੇ ਆਇਆ।
ਮੈਂ ਇੱਥੇ ਯਾਰ ਵਿਆਹੁਣ ਨਹੀਂ, ਧੀਆਂ ਤੋਰਨ ਲੱਗਿਆ। ਤੇਰੇ ਪੁੱਤ ਦੀ ਬਹੁਤ ਬੇਇੱਜ਼ਤੀ ਹੋਈ ਆ ਬਾਪੂ। ਤੂੰ ਆਪਦੇ ਆਪ ਨੂੰ ਬਹੁਤ ਵੱਡਾ ਖਿਡਾਰੀ ਸਮਝਦਾ ਹੈ ਨਾ? ਤੂੰ ਦੱਸ ਕਿਵੇਂ ਮਾਰਨਾ ਹੈ ਦਾਰੇ ਨੂੰ ਬਾਪੂ? ਪਹਿਲੀ ਵਾਰ ਮੰਨਿਆ ਕਿ ਤੇਰਾ ਬਾਪੂ ਖਿਲਾੜੀ ਹੈ। ਲਸੁਣ ਫਿਰ, ਦਾਰੇ ਨੂੰ ਦਾਰੇ ਦਾ ਦੁਸ਼ਮਣ ਮਾਰੇਗਾ, ਦੁਸ਼ਮਣ ਜਗੀਰ ਸਿੰਘ। ਤੂੰ ਮੇਰੇ ਸਿਰ ਤੇ ਖੜਾ ਕੀ ਕਰਦਾ ਹੋਇਆ? ਨਾ ਮੈਂ ਤਾਂ ਕਹਿੰਦਾ ਸੀ ਬਾਈ ਜੀ, ਉਹ ਟੱਲੇ ਵਾਲਾ ਕੈਲਾ ਮਿਲਣ ਆਇਆ ਤੁਹਾਨੂੰ। ਠੀਕ ਹੈ, ਭੇਜ ਕੈਲੇ। ਸਤਿ ਸ਼੍ਰੀ ਅਕਾਲ ਸਰਦਾਰ ਜੀ। ਸਤਿ ਸ਼੍ਰੀ ਅਕਾਲ। ਆ ਮੇਰਾ ਮੁੰਡਾ ਹੈ ਬਾਈ ਜੀ, ਲੱਖਾ। ਅੱਛਾ, ਅਸਲ ਗੱਲ ਤੇ ਆ ਬਾਈ ਜੀ, ਆਪਣੀ ਇਸ ਲੰਕਾ ਚ ਕੋਈ ਭਵਿੱਖਣ ਤਾਂ ਨਹੀਂ ਹੈ ਬਾਈ ਜੀ? ਮੂੰਹ ਸਾਂਭ ਕੇ ਬੋਲੀ ਓਏ। ਸਿੱਕੇ ਬੰਦ ਖਬਰ ਦਊਂਗਾ ਬਾਈ ਜੀ। ਇਹ ਜਿਹੜੀਆਂ ਤੁਹਾਡੀਆਂ ਜ਼ਮੀਨਾਂ ਤੇ ਸਰਕਾਰੀ ਬੋਰਡ ਲੱਗ ਰਹੇ ਨੇ ਨਾ, ਇਹ ਸਾਰੀ ਮਿਹਰਬਾਨੀ ਉਸ ਦਾਰੇ ਦੀ ਹੈ ਤੇ ਉਸ ਦਾ ਸਾਥ ਦੇ ਰਿਹਾ ਤੁਹਾਡਾ ਆਪਣਾ ਫਰਜ਼ੰਦ ਜ਼ੋਰਾਵਰ। ਇਹ ਹੈ ਤੁਹਾਡੀ ਲੰਕਾ ਦਾ ਭਵਿੱਖਣ। ਤੇ ਹੁਣ ਤੁਹਾਨੂੰ ਇਹ ਦੱਸਦਾ ਮੈਂ ਕਿ ਇਹ ਮੁੰਡਾ ਦਾਰਾ ਕੌਣ ਹੈ। 75 ਸਿਓ ਦਾ ਮੁੰਡਾ ਹੈ ਉਹ ਦਾਰਾ, ਤੇ ਉਸ ਨੂੰ ਪਾਲਿਆ ਨਸੀਬੋ ਨੇ। ਅੱਛਾ, ਤਾਂ ਜਾਣੀ ਦਾਰੇ ਨੇ ਤੇ ਮੇਰੇ ਸਪੂਤ ਨੇ ਉਸ ਨਾਗਣ ਦਾ ਦੁੱਧ ਪੀਤਾ ਹੈ। ਭਾਈ ਜੀ, ਦਾਰਾ ਤਾਂ ਹੁਣ ਲੱਖੇ ਹੱਥੋਂ ਹੀ ਮਰੂ। ਸ਼ਾਬਾਸ਼, ਚੜ੍ਹ ਦੇ ਗੱਡੀ, ਕੋਰਟ ਕਚਹਿਰੀ ਮੈਂ ਭੁਗਤ ਲੂੰ। ਦਾਰਿਆ, ਤੂੰ ਤਾਂ ਮੇਰਾ ਪੁੱਤ ਹੀ ਮੇਰੇ ਖਿਲਾਫ ਕਰਤਾ। ਗੁਰੂ ਤੇਰੇ ਤੋਂ ਇਹ ਜਹਾਨ ਵਾਰਦਾ ਨੀ, ਸੱਚੀ ਤੇਰੇ ਵਾਲਾ ਜੱਟ ਤੇ ਤੂੰ ਜਾਨਵਰਦਾ ਨੀ, ਸੱਚੀ ਤੇਰੇ ਵਾਲਾ ਜੱਟ ਤੇ ਤੂੰ ਜਾਨਵਰਦਾ ਨੀ, ਸੱਚੀ ਤੇਰੇ ਵਾਲਾ ਜੱਟ ਤੇ ਤੂੰ ਜਾਨਵਰਦਾ। ਚੱਕਿਆ ਨੀ ਜਾਂਦਾ ਅੱਜ ਮੇਰੇ ਕੋਲੋਂ ਚਾਵੇ, ਹਾਂ ਚੱਕਿਆ ਨੀ ਜਾਂਦਾ ਅੱਜ ਮੇਰੇ ਕੋਲੋਂ ਚਾਵੇ। ਜੱਚਦੀ ਬੜੀ ਐ ਥੋਡੀ ਜੋੜੀ ਜੀ, ਓ ਸੱਚੀ ਜੱਚਦੀ ਬੜੀ ਐ ਥੋਡੀ ਜੋੜੀ ਜੀ, ਸੱਚੀ ਜੱਚਦੀ ਬੜੀ ਐ ਥੋਡੀ ਜੋੜੀ ਜੀ। ਸੀ ਕਿਸੇ ਸੁਣੇ ਵੇੜੇ ਕਰ ਦਿੱਤੇ ਤੇਲ ਸਾਡੀਆਂ ਜੜਾਂ ਚ ਪਾ, ਜਿੱਥੇ ਹੋ ਕੇ ਲੈ ਤੂੰ ਅੰਮੀਏ ਬੈਰੀ ਮਾਰੂੰ ਉਸੇ ਥਾਂ। ਮੇਰੀ ਵੀ ਉਮਰ ਤੈਨੂੰ ਲੱਗ ਜਾਵੇ ਸੋਹਣਿਆ ਵੇ, ਮੇਰੀ ਵੀ ਉਮਰ ਤੈਨੂੰ ਲੱਗ ਜਾਵੇ ਸੋਹਣਿਆ ਵੇ, ਇੱਕੋ ਹੀ ਦੁਆਰ ਵਾਂ ਕਰਦਾ ਮੈਂ ਤੇਰੇ ਕਰਕੇ ਖੁਦਾ ਦਾ ਪਾਣੀ ਭਰਦਾ, ਮੈਂ ਤੇਰੇ ਕਰਕੇ ਖੁਦਾ ਦਾ ਪਾਣੀ ਭਰਦਾ, ਮੈਂ ਤੇਰੇ ਕਰਕੇ ਖੁਦਾ ਦਾ ਪਾਣੀ ਭਰਦਾ।
ਬਾਈ ਜੀ ਇਹੀ ਆ ਬਚਿੱਤਰ ਸਿੰਘ ਦਾ ਮੁੰਡਾ ਤਾਰਾ। ਕਾਕਾ ਜੀ ਤੁਹਾਡੇ ਬਾਪੂ ਦਾ ਬਹੁਤ ਨਾਂ ਸੀ ਆਲੇ ਦੁਆਲੇ, ਚਰਚੇ ਤੇਰੇ ਵੀ ਖਾਸੇ ਨੇ, ਬਚ ਕੇ ਰਹੀ। ਹੁਣੀ ਅੰਦਰ ਬਾਬਾ ਜੀ ਤੋਂ ਸੁਣ ਕੇ ਆਇਆ ਵੀ ਰੌਣ ਕਹਿੰਦਾ ਸੀ ਉਹਨੇ ਆਪਦਾ ਕਾਲ ਪਾਵੇ ਨਾਲ ਬੰਨਿਆ ਹੋਇਆ, ਉਹ ਵੀ ਨਹੀਂ ਰਿਹਾ ਤੇ ਜਗੀਰ ਸਿਆਂ ਤੂੰ ਵੀ ਬਚ ਕੇ ਰਹੀ। ਜਗੀਰਿਆ ਗੁਰੂ ਘਰ ਚ ਹੰਕਾਰਿਆ ਖੜਾ, ਯਾਦ ਰੱਖੀ ਇੱਥੇ ਹੰਕਾਰਿਆ ਸੋ ਮਾਰਿਆ। ਵਾਹਿਗੁਰੂ ਵਾਹਿਗੁਰੂ। ਇਹ ਵੀ ਪੂੰਛ ਨੂੰ ਅੱਗ ਲਾਈ ਫਿਰਦਾ। ਲੈ ਹੁਣ ਦਿਖਾ ਆਕੜ, ਲੱਖੇ ਬਾਈ ਲਿਆਂਦੀ ਤੇਰੀ ਨੂਰ। ਉਹ ਸਾਲਿਆ ਧਿਆਨ ਨਾਲ, ਭਾਬੀ ਆ ਤੇਰੀ। ਮਾਫ ਕਰ ਦੋ ਭਾਬੀ ਜੀ। ਜਾ ਕੇ ਬਾਪੂ ਨੂੰ ਕਹਿ ਸ਼ਗਨਾਂ ਦੀ ਤਿਆਰੀ ਕਰੇ, ਆ ਰਹੀ ਆ ਉਹਦੀ ਨੂੰ। ਸ਼ਗਨਾਂ ਦੀ ਨਹੀਂ, ਆਪਣੀ ਮੌਤ ਦੀ ਤਿਆਰੀ ਕਰ ਤੂੰ। ਬਸ ਤੇਰੀਆਂ ਇਹਨਾਂ ਗੱਲਾਂ ਤੇ ਤਾਂ ਲੱਖਾ ਮਰਦਾ ਹੈ। ਮਰੇਗਾ ਤਾਂ ਅੱਜ ਤੂੰ ਜ਼ਰੂਰ। ਲੈ ਆ ਗਈ ਤੇਰੀ ਮੌਤ। ਫੜੋ ਇਹਨਾਂ ਨੂੰ, ਚਲੋ। ਜੀ ਬਾਈ ਜੀ ਕੋਈ ਖਬਰ ਆਈ? ਨਾ ਕਿੱਥੇ ਬਾਈ ਜੀ। ਬਾਈ ਜੀ ਬਾਈ ਜੀ ਬਾਈ ਜੀ ਲੱਖਾ ਮਾਰਿਆ ਗਿਆ ਤੇ ਦਾਰਾ। ਹੁਕਮ ਬਾਈ ਜੀ। ਫੀਰੇ ਨੂੰ ਕਹਿ ਜੋ ਮੈਂ ਕਿਹਾ ਸੀ ਉਹ ਕਰ ਦੇਵੇ। ਠੀਕ ਹੈ। ਕੰਮ ਹੋ ਜਾਣਾ ਚਾਹੀਦਾ। ਓ ਸਤਿ ਸ੍ਰੀ ਅਕਾਲ ਚਾਚਾ। ਸਤਿ ਸ੍ਰੀ ਅਕਾਲ ਬੁੱਤ, ਸਤਿ ਸ੍ਰੀ ਅਕਾਲ। ਮੈਂ ਪਛਾਣਿਆ ਨੀ ਤੈਨੂੰ। ਮੈਂ ਸ਼ੀਰਾ। ਸ਼ੀਰਾ ਸ਼ੀਰਾ ਤਾਂ ਠੀਕ ਹੈ ਪਰ ਮੇਰਾ ਰਾਹ ਛੱਡ। ਤੂੰ ਸੱਚੀ ਮਾਰਤਾ ਇਹਨੂੰ?
ਚੜਦਾ ਗੱਡੀ ਤੂੰ ਹੀ ਤਾਂ ਕਿਹਾ ਸੀ ਚੱਲ ਉੱਠ ਚੱਲ ਪਿਓ ਦੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਣਾ ਜ਼ੋਰਾਵਰ ਆਹ ਤਾਂ ਸ਼ੇਰਾ ਬਹੁਤ ਹੀ ਮਾੜਾ ਹੋਇਆ ਮੈਨੂੰ ਪਤਾ ਹੈ ਤੈਨੂੰ ਦਾਰੇ ਵੀਰੇ ਦੇ ਚਾਚੇ ਦੀ ਮੌਤ ਦਾ ਬਹੁਤ ਦੁੱਖ ਹੈ ਬਾਈ ਦੁੱਖ ਤਾਂ ਬਾਈ ਨੇ ਵੀ ਬਹੁਤ ਮਨਾਇਆ ਉਹ ਤਾਂ ਧਰਤੀ 'ਚ ਨਿਗਰ ਗਿਆ ਜਦੋਂ ਉਹਨੂੰ ਸੀਰੇ ਦੀ ਇਸ ਕਰਤੂਤ ਦਾ ਪਤਾ ਲੱਗਿਆ ਸੀਰੇ ਦੀ ਕਰਤੂਤ ਹਾਂ ਸੀਰੇ ਦੀ ਚਾਚੇ ਨੂੰ ਹੋਰ ਕਿਸੇ ਨੇ ਨਹੀਂ ਮਾਰਿਆ ਸੀਰੇ ਨੇ ਮਾਰਿਆ ਪਰ ਸ਼ੀਰਾ ਕਿਉਂ ਮਾਰੂਗਾ ਚਾਚੇ ਨੂੰ ਜਾਇਦਾਦ ਪਿੱਛੇ ਤੂੰ ਤਾਂ ਬਾਪੂ ਤੋਂ ਹੋ ਗਿਆ ਅੱਡ ਸ਼ੀਰੇ ਨੇ ਚਾਚੇ ਨੂੰ ਮਾਰ ਕੇ ਪੁਰਾਣੀ ਦੁਸ਼ਮਣੀ ਵਾਲਾ ਜ਼ਖਮ ਦੇੜਤਾ ਉਹ ਚਾਹੁੰਦਾ ਆਪਾਂ ਆਪਸ ਵਿੱਚ ਲੜ ਕੇ ਮਰ ਜਾਈਏ ਉਹ ਜਾਇਦਾਦ ਦਾ ਮਾਲਕ ਬਣ ਜੇ ਨਾ ਤੂੰ ਹੁਣ ਇਹ ਵੀ ਦੱਸ ਦੇ ਤੂੰ ਕੀ ਚਾਹੁੰਦਾ ਮੈਨੂੰ ਤਾਂ ਬਾਈ ਨੇ ਕੱਲਿਆ ਬਾਈ ਆਦਾ ਦਾਰੇ ਨੂੰ ਲੈ ਕੇ ਆਈਏ ਤਾਂ ਕਿ ਉਹ ਮਾਫ਼ੀ ਮੰਗ ਲਏ ਤੂੰ ਐਂ ਕਰ ਦਾਰੇ ਨੂੰ ਲੈ ਕੇ ਆ ਬਾਈ ਕੋਲੇ ਬਾਈ ਨੇ ਮਾਫ਼ੀ ਮੰਗਣੀ ਆ ਮਾਫ਼ੀ ਤੇ ਉਹ ਵੀ ਮੇਰਾ ਪਿਓ ਇਸ ਗੱਲ ਨੂੰ ਸ਼ੇਰਾ ਠੰਡੇ ਦਿਮਾਗ ਨਾਲ ਸੋਚੀ ਅੱਗੇ ਤੇਰੀ ਮਰਜ਼ੀ ਮੇਰੇ ਬਾਪ ਨੂੰ ਚੰਗੀ ਤਰ੍ਹਾਂ ਜਾਣਦਾ ਮੈਂ ਅੰਦਰ ਘੇਰ ਕੇ ਬਚਿੱਤਰ ਅੰਕਲ ਵਾਲੀ ਕਰਨ ਨੂੰ ਫਿਰਦਾ ਤੇਰੇ ਨਾਲ ਉਹੀ ਖੇਡ ਖੇਡੂ ਮੇਰਾ ਬਾਪ ਖੇਡ ਤਾਂ ਉਹੀ ਖੇਡਾਂਗੇ ਪਰ ਇਸ ਵਾਰ ਖੇਡ ਖੇਡਣ ਦਾ ਤਰੀਕਾ ਵੱਖਰਾ ਹੋਊਗਾ ਮੈਂ ਕਹਿੰਦਾ ਇੱਕ ਵਾਰ ਫਿਰ ਸੋਚ ਲੈ ਵੀਰੇ ਸਾਡੇ ਗੁਰੂਆਂ ਦੀ ਬਾਣੀ ਕਹਿੰਦੀ ਹੈ ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਣ ਫਿਰ ਹਥਿਆਰ ਚੱਕਣਾ ਜਾਇਜ਼ ਹੁੰਦਾ ਹੈ ਚੂੰਕਾ ਰਾਜ ਹਮੇ ਹੀਲ ਤੇ ਦਰਗ ਜਸਤ ਹਲਾਲ ਅਸਤ ਬੁਰਤਨ ਵਾ ਸ਼ਮਸ਼ੀਰ ਦਸਤ ਸ਼ਾਬਾਸ਼ ਪੁੱਤ ਜਾ ਦਾਰਿਆ ਮੈਂ ਤੇਰਾ ਉਸੇ ਹਵੇਲੀ ਚ ਇੰਤਜ਼ਾਰ ਕਰੂੰਗੀ ਜਿੱਥੇ ਹਾਲੇ ਵੀ ਤੇਰੇ ਬਾਪੂ ਦੀਆਂ ਚੀਖਾਂ ਸੁਣਾਈ ਦਿੰਦੀਆਂ ਨੇ ਜਾ ਪੁੱਤ ਦਾਰੇ ਇੱਕ ਮਿੰਟ ਇਹ ਨਾ ਸਮਝੀ ਕਿ ਮੈਂ ਤੈਨੂੰ ਰੋਕਣ ਆਈ ਹਾਂ ਆਪਣੇ ਪਿਆਰ ਨੂੰ ਆਪਣੇ ਫਰਜ਼ ਦੀ ਤਾਕਤ ਬਣਾਈ ਤਾਂ ਕਿ ਉਸ ਜਗੀਰ ਸਿੰਘ ਦੀ ਮੌਤ ਹਰ ਜ਼ਾਲਿਮ ਲਈ ਇੱਕ ਮਿਸਾਲ ਬਣੇ ਤੇ ਤੇਰਾ ਬਦਲਾ ਇਸ ਦੁਨੀਆਂ ਲਈ ਇਤਿਹਾਸ ਬਣੇ ਕੇਰੂ ਅੱਜ ਤੱਕ ਮੇਰੀਆਂ ਚਾਲਾਂ ਪੁੱਠੀਆਂ ਪੈਂਦੀਆਂ ਰਹੀਆਂ ਨੇ
जे कितें अज वाली सिद्धि पै गई ना बाजी मेरे हाथ च है। बापू दारा तो घरे वाल आया कहे तो कर दिया को गुचित नहीं होए अपने दुश्मन नू आपदे हथी मारन दा वखरा ही स्वाद है ओदियां आंतरा तो मैं पाड़ू इस वेले है कि कमरे च वड़िया तेरे चोरे मैथू मेरे पुत का खून ये तेरा गंदा खून है डैड जो रह गया सी वो भी निकल गया हुण मेरी रगत मेरी नसीबो मां दा दुध बाकी है जिसका कर्ज मैं उतारना काश मैं दा जमदे दे इकड़ कुट देंदा लगता भी नहीं कुछ नहीं होता तू ठीक है इन मार गोली कुछ नहीं होता जोरे छोटे वीर जब भी नहीं पाएंगे बीरे जब भी ऐसा वीर जोरे 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 मेरे प्यो का घर एक शतरंज की खेड है जिसका सिर्फ मैनू ही पता है पहला उसके कागज हाथ च करांगे फिर पावांगे अगली कार्रवाई पर जोरे मैं तेनू कल्ले नू नहीं जान देना ओ वीर तू फिक्र ना कर मेरा एक काम कर दे की मैनू अपना एक कुर्ता पजामा दे दे कुर्ता पजामा ओ हाँ भाई कुर्ता पजामा इत्थे कोई किसे दा नहीं सब रले है बहुत यार यार करदा सी ना जा ले जा अपनी मशूक जिवें तैनू कहा गया ना तू ही करना है ठीक है ऐदा ही
ਏਦਾਂ ਹੀ ਤੜਫਿਆ ਸੀ ਤੇਰਾ ਚਾਚਾ ਜਦੋਂ ਮੈਂ ਉਹਦੀਆਂ ਨੁੰਦਰਾਂ ਖਿੱਚੀਆਂ ਸੀ। ਤਕੜਾ ਖਿਲਾੜੀ ਹੈ, ਤੇਰੇ ਪਿਓ ਨੂੰ ਵੀ ਸ਼ਤਰੰਜ ਖੇਡਣ ਦਾ ਬੜਾ ਸ਼ੌਕ ਸੀ। ਆ ਜਾ ਇੱਕ ਵਜੇ ਲਈਏ। ਇਹਨੇ ਮੇਰੇ ਪਿਓ ਨੂੰ ਕੱਲੇ ਨੂੰ ਮਾਰਿਆ ਸੀ, ਉਦੋਂ ਕਿੱਥੇ ਮਰ ਗਿਆ ਸੀ ਸਾਰਾ ਪਿੰਡ। ਇਹ ਮੇਰਾ ਕੱਲੇ ਦਾ ਕੰਮ ਹੈ, ਮੈਂ ਆਪੇ ਨਿਭਾ ਲੂੰਗਾ। ਜਾਓ ਜਾ ਕੇ ਆਪਣੇ ਘਰਾਂ ਸੌ ਜਾਓ। ਜਾ ਬੇਬੇ, ਜਗੀਰਿਆ ਨਾ 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 ਨਾ, ਹੁਣ ਮਾਫੀ ਨਾ ਮੰਗ, ਯਾਦ ਕਰ ਉਹੀ ਕਾਲੀ ਬੋਲੀ ਰਾਤ ਆ, ਬੱਦਲ ਵੀ ਉਵੇਂ ਗਰਜਦੇ ਨੇ, ਬਿਜਲੀ ਵੀ ਉਵੇਂ ਕੜਕਦੀ ਆ, ਤੇ ਅੱਜ ਮੀਂਹ ਵੀ ਉਵੇਂ ਪਊਗਾ। ਬਸ ਫਰਕ ਨਹੀਂ, ਅੱਜ ਅੱਜ ਮੀਂਹ ਦੇ ਪਾਣੀ ਦਾ ਰੰਗ ਤੇਰੇ ਖੂਨ ਨਾਲ ਲਾਲ ਹੋਊਗਾ ਜਗੀਰਿਆ। ਹਾਂ ਖੁਸ਼ੀਆਂ ਦੀ ਫੁੱਲਵਾੜੀ ਵਿੱਚ ਉਹਨੇ ਅੱਗ ਮਚਾਈ, ਹਾਸਿਆਂ ਵੇਲੇ ਅੰਮੜੀ ਤੇਰੀ ਬਹੁਤ ਰਵਾਈ, ਨੱਤ ਪਾ ਦੇ ਉਸ ਜ਼ਬਰ ਨੂੰ, ਜ਼ਬਰ ਨੂੰ ਹਾਏ ਜ਼ਬਰ ਨੂੰ, ਨੱਤ ਪਾ ਦੇ ਉਸ ਜ਼ਬਰ ਨੂੰ, ਮੈਂ ਫਿਰ ਦੱਖ ਲਿਆ। ਆਓ ਚਰ ਤੋਂ ਟੱਕ ਦੇ ਪੈਰੀ ਨੂੰ ਗੱਲ ਸੁਣ ਲੱਗ ਲਿਆ, ਆਓ ਚਰ ਤੋਂ ਟੱਕ ਦੇ ਪੈਰੀ ਨੂੰ ਗੱਲ ਸੁਣ ਲੱਗ ਲਿਆ। Ah!
ਦਿਖਾਉਣਾ ਚੱਕੀ ਜਿਸਨੇ
ਮਾਰਿਆ ਸੀ ਉਹ ਲੋਕ ਕਿੱਥੇ ਮਰ ਗਏ ਕਹੋ ਦੱਸਣਾ ਉਹਨੂੰ ਹੈ ਮੇਰੇ ਇਹ ਕਾਹ ਦੇਖੀ ਪੈਣਾ ਜਾਵਣ ਹੋਏ ਕਿਤੇ ਖੂਨ ਚ ਅੜਕਾਂ ਆ ਇੱਕੋ ਹੱਲੇ ਪੱਟ ਦੇ ਵੈਰੀ ਦੀਆਂ ਮੜਕਾਂ ਓ ਸ਼ੇਰਾ ਮਰਗਾ ਇਧਰ ਨਿਕਲ ਜਿਓ ਤੂੰ ਹਾਏ ਪੱਤ ਤੂੰ ਹਾਏ ਪੱਤ ਤੂੰ ਸ਼ੇਰਾ ਮਰਗਾ ਪੱਤ ਤੂੰ ਅੱਖਾਂ ਨਤ ਲਿਆ ਆ ਚੱਕ ਤੋਂ ਟੱਕ ਦੇ ਵੈਰੀ ਨੂੰ ਗੱਲ ਸੁਣ ਲੱਦ ਲਿਆ ਖੁਸ਼ੀਆਂ ਦੀ ਫੁੱਲ ਬਾੜੀ ਵਿੱਚ ਨੱਥ ਪਾ ਦੇ ਉਸ ਜ਼ਬਰ ਨੂੰ ਬਹੁਤਾ ਫਿਰ ਤਾਂ ਖੁੱਲਿਆ ਆ ਚੱਕ ਤੋਂ ਟੱਕ ਦੇ ਸੁਣ ਲੱਗ ਲਿਆ